दिल्ली वालों पाले शेराने चले, रेडियो मिर्ची 13 वर्ष को जाती है कुछ भारतीय प्रोग्राम तुसी सुन रहे हो जी। ते मैं संदीप कौर इस वक्त थोड़े सारे दे नाल आ। ते बिल्कुल जी, जिवें तुसी जानदे ही हो दोस्तों कि किसान मोर्चा, किसान अंदोलन, ये जिहड़ा संघर्ष चल रहा है पिछले कई दिनां महीनियां तो, किसान ते मजदूर वर्ग सड़कां ते अपने हक्कां दे लई, मंगां दे लई बैठे हुए ने, ते मसले दा जिहड़ा हल है ओह निकलदा नजर ही नहीं पै रहा। ते की इस वक्त किसान आगुआं दी स्थिति है, नौजवानां दी स्थिति है, उत्थे बॉर्डरां दे उत्ते किस तरह दे हालात ने, राजनीतिक दे विच किस तरह दी जिहड़ी हलचल है ओह दिख रही है, इस सब दे उत्ते असीं विचार करांगे। तो इस भगदे मसले दे उत्ते विचार करन दे लई अज असीं खास तौर दे उत्ते सद्दा दित्ता है सियासी माहिर ते विश्लेषणकार मालविंदर सिंह माली जी नूं, जो कि तुहाडे नाल हमेशा ही जुड़े रहिंदे नी पंजाब 'च फेसबुक सोशल मीडिया ते अपनी सरगर्मी दे लई बहुत चंगी तरह दे नाल जाने जांदे ने, ते इक बड़ा लंबा चौड़ा जीवन जिहड़ा इहनां ने राजनीति दे नाल वी बड़ी नेड़ियों वाजदे होए लंघाया है, ते हर रोज सोशल मुद्दियां ते अपनी प्रतिक्रिया देंदे ने, और पिछले कुछ महीनियां तो किसानी अंदोलन दे विच वी अपना साथ दे रहे ने। तो सब तो पहला ते सत्कारयोग मलविंदर सिंह माली जी, तुहाडा असीं स्वागत करदे हां जी। आयां नूं कहिंदे हां रेडियो मिर्ची 13 वर्ष से, सत श्री अकाल जी। ਸਤਿ ਸ੍ਰੀ ਅਕਾਲ ਸੰਦੀਪ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ। ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਨੂੰ ਦਿੱਲੀ ਬਾਰਡਰਾਂ ਦੇ ਉੱਤੇ 4 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਖੇਤੀ ਕਾਨੂੰਨ ਤੇ ਸਰਕਾਰ ਦੇ ਜਿਹੜੇ ਰੁੱਖ ਨੇ ਦੇਖਦੇ ਹੋਏ ਹੁਣ ਕਿਸਾਨਾਂ ਦੇ ਵਿੱਚ ਜਿਹੜੀ ਨਾਰਾਜ਼ਗੀ ਹੈ ਹੋਰ ਵੀ ਵੱਧਦੀ ਨਜ਼ਰ ਆ ਰਹੀ ਹੈ। ਸਰਕਾਰ ਵੀ ਲੰਮੇ ਸਮੇਂ ਤੋਂ ਜਿਹੜੀ ਗੱਲਬਾਤ ਆ ਉਹ ਨਹੀਂ ਕਰ ਰਹੀ ਹੈ। ਹੁਣ ਇਹ ਅੰਦੋਲਨ ਕਿਹੜੇ ਪੜਾਅ ਤੇ ਪਹੁੰਚ ਚੁੱਕਿਆ ਹੈ, ਤੁਸੀਂ ਇਸ ਸਭ ਨੂੰ ਕਿੰਝ ਵੇਖਦੇ? ਸੰਦੀਪ ਜੀ, ਪਹਿਲੀ ਗੱਲ ਤੇ ਇਹ ਆ, ਇਹ ਅੰਦੋਲਨ ਧਰਤੀ ਪੁੱਤਰਾਂ ਦਾ ਅੰਦੋਲਨ ਆ। ਇਹ ਅੰਦੋਲਨ ਬਾਬੇ ਨਾਨਕ ਦੇ ਉਹ ਫਲਸਫੇ ਨੂੰ ਰੂਪਮਾਨ ਕਰ ਰਿਹਾ ਜਿਹਨੇ ਕਿਹਾ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਮਲਕ ਭਾਗੋਆਂ ਦੇ ਖਿਲਾਫ ਭਾਈ ਲਾਲੋਆਂ ਦਾ ਅੰਦੋਲਨ ਆ। ਕੇਂਦਰ ਸਰਕਾਰ ਨੇ ਜੋ ਇਹਦੇ ਬਾਰੇ ਨੀਤ ਧਾਰੀ ਹੋਈ ਆ, ਨੀਤੀ ਧਾਰੀ ਹੋਈ ਆ, ਉਹਨੂੰ ਵੀ ਸਾਡੇ ਬਾਬੇ ਨਾਨਕ ਨੇ ਬਹੁਤ ਚਿਰ ਪਹਿਲਾਂ ਲੋਕਾਂ ਦੇ ਸਾਹਮਣੇ ਦੱਸ ਦਿੱਤਾ ਸੀ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ। ਸੋ ਇਸ ਪ੍ਰਸੰਗ ਦੇ ਵਿੱਚ ਸਰਕਾਰ ਦਾ ਅੜੀਅਲ ਰਵੱਈਆ ਤੇ ਇਹ ਧਰਤੀ ਪੁੱਤਰਾਂ ਦਾ ਸਿਦਕ ਤੇ ਤਪੱਸਿਆ, ਉਹਦੀ ਲੜਾਈ ਆ ਜਿਹੜੀ ਇਹ ਨਾ ਸਿਰਫ ਪੰਜਾਬ 'ਚ, ਨਾ ਦੇਸ਼ 'ਚ, ਸਗੋਂ ਦੁਨੀਆਂ ਦੇ ਵਿੱਚ ਫੈਲੀ ਹੋਈ ਆ। ਇਹ ਸੰਘਰਸ਼ ਬਹੁਤ ਵੱਡਾ, ਇਹਦੇ ਬਹੁਤ ਵੱਡੇ ਨਤੀਜੇ ਨਿਕਲਣਗੇ। ਸਿਦਕ ਦੀ ਲੜਾਈ ਆ, ਇੱਕ ਪਾਸੇ ਜਬਰ ਦੀ ਲੜਾਈ ਆ, ਤੇ ਮੈਨੂੰ ਅੱਜ ਦੀ ਤਰੀਕ 'ਚ ਕਹਿਣ 'ਚ ਕੋਈ ਮਤਲਬ ਝਿਜਕ ਨਹੀਂ ਕਿ ਧਰਤੀ ਪੁੱਤਰ ਨੇ ਜਿਹੜੇ ਉਹਨਾਂ ਨੇ ਸਿਦਕ ਦਾ ਪੱਲਾ ਫੜਿਆ ਹੋਇਆ। ਤੇ ਇਸੇ ਤਰ੍ਹਾਂ ਜੇ ਸਾਡੇ ਇਸ ਬਾਬੇ ਗੁਰੂ ਨਾਨਕ ਦੇ ਸਿਧਾਂਤ ਦਾ, ਜਿਹਦੇ ਬਾਰੇ ਅਸੀਂ ਕਹਿੰਦੇ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿ ਨਿਰਮਲ ਪੰਥ ਦੀ ਲੜਾਈ ਆ ਸ਼ੀ ਰਾਜਿਆਂ ਨਾਲ, ਸ਼ੀਹਾਂ ਨਾਲ ਤੇ ਮੁਕੱਦਮਾ ਨਾਲ, ਤੇ ਇਹਦੇ ਵਿੱਚ ਇਹਨਾਂ ਦੀ ਜਿੱਤ ਹੋਣੀ ਓ ਹੋਣੀ ਆ ਜੀ। ਸੋ ਇਹ ਬੜਾ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਹੈ, ਅੰਦੋਲਨ ਹੈ, ਇਹ ਚੱਲ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ, ਔਰ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਵੀ ਕਿਹਾ ਕਿ ਹਰ ਕੋਈ ਜਿਹੜਾ ਨਾ ਉਹ ਜੁੜ ਚੁੱਕਿਆ ਹੈ, ਚਾਹੇ ਉਹ ਸਾਡੇ ਨੌਜਵਾਨ ਨੇ, ਸਾਡੀਆਂ ਬੀਬੀਆਂ ਨੇ, ਮਾਵਾਂ ਨੇ, ਭੈਣਾਂ ਨੇ ਔਰ ਬੱਚੇ ਨੇ, ਹਰ ਕੋਈ ਇਸ ਅੰਦੋਲਨ ਦੇ ਨਾਲ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਪੂਰਾ ਸਹਿਯੋਗ ਦੇ ਰਹੇ ਨੇ ਇਸ ਅੰਦੋਲਨ ਦੇ ਲਈ। ਇਸ ਵਕਤ ਇਸ ਅੰਦੋਲਨ ਦੇ ਵਿੱਚ ਕੀ ਇਹੋ ਜਿਹੀਆਂ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ, ਕਿ ਕੁਛ ਅਜਿਹਾ ਰਹਿ ਗਿਆ ਕਿ ਇੰਨਾ ਇਹ ਲੰਬਾ ਸਮਾਂ ਚੱਲ ਰਿਹਾ ਕਿ ਹਜੇ ਹੋਰ ਵੀ ਜ਼ਿਆਦਾ ਇਸ ਨੂੰ ਤੇਜ਼ ਕਰਨ ਦੇ ਲਈ ਕੁਛ ਹੋਰ ਜਿਹੜੇ ਨੁਕਤੇ ਨੇ ਉਹਨਾਂ ਦੀ ਲੋੜ ਹੈ? ਨਹੀਂ, ਦੇਖੋ ਅੰਦੋਲਨ ਲਗਾਤਾਰ ਤੇਜ਼ ਹੋ ਰਿਹਾ, ਮਤਲਬ ਸਾਡਾ ਇੱਕ ਥੋੜਾ ਜਿਹਾ ਦੁਖਾਂਤ ਆ ਕਿ ਅਸੀਂ ਅੰਦੋਲਨ ਬਾਰੇ, ਅੰਦੋਲਨ ਨੂੰ ਤੇਜ਼ ਕਰਨ ਵਾਲੇ ਬਹੁਤ ਗਲਤ ਧਾਰਨਾਵਾਂ ਦੇ ਸ਼ਿਕਾਰ ਆ। ਮਤਲਬ ਸਾਨੂੰ, ਅਸੀਂ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੰਘਰਸ਼ਾਂ ਦਾ ਇੱਕ ਮਤਲਬ ਸਿਰਜਿਆ ਗਿਆ ਬਰਤਾਂਤ, ਉਹਦੇ ਵਿੱਚ ਚੱਕ ਲਓ, ਧਰ ਲਓ, ਠੋਕ ਦਿਆਂਗੇ, ਸੂਧ ਦਿਆਂਗੇ, ਆਰ ਪਾਰ ਦੀ ਲੜਾਈ, ਇਹ ਪ੍ਰਵਚਨਾਂ ਸਿੱਖਾਂ ਦੇ ਅੰਦਰ ਵੀ ਆ ਤੇ ਕਮਿਊਨਿਸਟਾਂ ਦੇ ਅੰਦਰ ਵੀ ਆ। ਇਸੇ ਕਰਕੇ ਇਸ ਅੰਦੋਲਨ ਨੇ ਜਿਹੜੇ ਦੋਹੇ ਬਰਤਾਂਤ ਆ, ਸਿੱਖਾਂ ਅੰਦਰਲਾ ਤੇ ਕਮਿਊਨਿਸਟਾਂ ਅੰਦਰਲਾ, ਉਹਨੂੰ ਬੜੇ ਵੱਡੇ ਚੈਲੰਜ ਕੀਤੇ ਨੇ, ਉਹਨਾਂ ਨੂੰ ਆਪਦੇ ਆਪ ਨੂੰ ਬਦਲਣ ਲਈ ਮਜਬੂਰ ਕੀਤਾ। ਉਹਦੇ ਵਿੱਚੋਂ ਕੋਈ ਇਹਦੇ ਵਿਰੋਧ ਦੇ ਵਿੱਚ ਜਾਵੇ, ਕੋਈ ਦੂਜੇ ਪਾਸੇ ਜਾਵੇ,
ਅੰਦੋਲਨ ਤੇਜ਼ ਹੋ ਰਿਹਾ। ਤੁਸੀਂ ਇਹ ਦੇਖੋ ਨਾ ਵੀ ਫੈਲ ਕਿੱਥੋਂ ਤੱਕ ਰਿਹਾ। ਤੇਜ਼ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜਾ ਕੇ ਮਤਲਬ ਕੰਧ ਨਾਲ ਟੱਕਰ ਮਾਰਨੀ ਆ ਤੇ ਉੱਥੇ ਮਤਲਬ ਲੜਾਈ ਕਰਨੀ ਆ ਜਾਂ ਟਕਰਾਅ ਵਧਾਉਣਾ। ਸਾਡੇ ਸਿੱਖ ਇਤਿਹਾਸ ਦੀਆਂ, ਸਿੱਖ ਸੰਘਰਸ਼ਾਂ ਦੀਆਂ ਤੁਸੀਂ ਰਵਾਇਤਾਂ ਤਾਂ ਦੇਖੋ ਜੀ ਕਿੰਨੀਆਂ ਨੇ। ਚਾਹੇ ਬਾਬੇ ਗੁਰੂ ਨਾਨਕ ਤੋਂ ਲੈ ਕੇ ਆਪਾਂ ਦੇਖ ਲਈਏ, ਜਿਹੜਾ ਇੱਕ ਪ੍ਰਵਚਨ ਆ ਨਾ ਜੀ, ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ, ਉਹ ਅਸੀਂ ਸਿਰਫ ਇੱਥੋਂ ਤੱਕ ਸੰਗੇੜ ਲਿਆ ਕਿ ਦੁਸ਼ਮਣ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਉਸ ਹਮਲੇ ਨੂੰ ਪਛਾੜਦੇ ਹਾਂ, ਸ਼ਹੀਦੀਆਂ ਪਾਉਂਦੇ ਹਾਂ ਤੇ ਅੱਗੇ ਜਾਂਦੇ ਹਾਂ। ਨਿਤ ਮਹਿਮ ਬਾਬੇ ਗੁਰੂ ਨਾਨਕ ਨੇ ਜਿਹੜੀ ਫਲਸਫੇ ਦੇ ਵਿੱਚ ਵਿਚਾਰ ਦੀ ਮੁਹਿੰਮ ਵੱਢੀ, ਉਹ ਵਿਚਾਰ ਤੋਂ ਅਸੀਂ ਤਿਲਕ ਰਹੇ ਹਾਂ ਜਾਂ ਕਿਨਾਰਾ ਕਰ ਰਹੇ ਹਾਂ। ਸੋ ਇਸ ਕਰਕੇ ਇੱਕ ਤਾਂ ਵਿਚਾਰ ਦੀ ਲੜਾਈ ਆ, ਸਾਡਾ ਜਿਹੜਾ ਵਿਚਾਰ ਆ ਉਹਨੂੰ ਹੋਰ ਨਿਖਾਰਨ ਦੀ, ਵੱਧ ਤੋਂ ਵੱਧ ਲੋਕਾਂ ਦੀ ਚੇਤਨਾ ਦੀ, ਉਹਨਾਂ ਦੇ ਮਨ ਦੀ ਸੋਝੀ ਦਾ ਹਿੱਸਾ ਬਣਾਉਣ ਦੀ ਗੱਲ ਆ। ਜਿਵੇਂ ਇਹ ਕਿਹਾ ਜਾ ਰਿਹਾ ਨਾ ਜੀ ਵੀ ਕਈ ਵੱਡੇ ਵਿਦਵਾਨ ਉਹ ਵੀ ਇਹ ਕਹਿੰਦੇ ਨੇ ਵੀ ਅੱਜ ਕੱਲ੍ਹ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦੀ ਓਪਨ ਯੂਨੀਵਰਸਿਟੀ ਖੁੱਲੀ ਹੋਈ ਆ। ਜਿਹੜੇ ਅੱਜ ਤੱਕ ਦੇ ਵਿਦਵਾਨ ਨੇ, ਲੇਖਕ ਨੇ, ਬੁੱਧੀਵਾਨ ਨੇ, ਅਰਥ ਸ਼ਾਸਤਰੀ ਨੇ, ਉਹਨਾਂ ਨੂੰ ਉੱਥੇ ਜਾ ਕੇ ਕਲਾਸਾਂ ਲੈਣੀਆਂ ਚਾਹੀਦੀਆਂ ਨੇ, ਉੱਥੇ ਜਾ ਕੇ ਸਿੱਖਣਾ ਚਾਹੀਦਾ ਵੀ ਐਜੂਕੇਸ਼ਨ ਕੀ ਆ। ਮਨੁੱਖ ਦਾ ਮਨ ਬਦਲ ਰਿਹਾ, ਇੱਕ ਤਾਂ ਮਨੁੱਖ ਦਾ ਮਨ ਬਦਲਣ ਲਈ, ਉਹਦਾ ਰਿਸਪੋਂਸ ਸਿਸਟਮ ਬਦਲਣ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਦੂਜਾ ਜੋ ਇਹਦਾ ਅੰਦੋਲਨ ਦਾ ਵਰਤਾਂਤ ਆ, ਪੁਰਅਮਨ ਤੇ ਸ਼ਾਂਤਮਈ ਸੰਘਰਸ਼, ਯਾਦ ਕਰੋ ਗੁਰੂ ਕੇ ਬਾਗ ਦੇ ਮੋਰਚੇ ਨੂੰ, ਜਦੋਂ ਸਿੰਘ ਨਿਕਲਦੇ ਸੀ ਦਰਬਾਰ ਸਾਹਿਬ ਦੇ ਵਿੱਚੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਸੀ, ਉਹਨਾਂ ਦੇ ਡਾਂਗਾਂ ਪੈ ਰਹੀਆਂ ਸੀ, ਸਭ ਕੁਛ ਹੋ ਰਿਹਾ ਸੀ, ਉਹ ਡਿੱਗਦੇ ਸੀ, ਉੱਠਦੇ ਸੀ। ਯਾਦ ਕਰੋ ਤੁਸੀਂ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ, ਗੁਰੂ ਅਰਜਨ ਦੇਵ ਦੇ ਤੱਤੀਆਂ ਤਵੀਆਂ ਤੇ ਬੈਠਣ ਨੂੰ। ਜਾਂ ਪੰਜਾਬ ਦਾ ਠੀਕ ਆ, ਇੱਕ ਧਰਮ ਯੁੱਧ ਮੋਰਚੇ ਤੋਂ ਬਾਅਦ ਇੱਕ ਦੌਰ ਚੱਲਿਆ ਜਿਹਨੇ ਬਹੁਤ ਵੱਡੀ ਇੱਕ ਹਿੰਸਕ ਲੜਾਈ ਲੜੀ, ਉਹ ਸਮੇਂ ਦੀ ਉਹ ਲੋੜ ਹੋ ਸਕਦੀ ਆ, ਉਹਦੇ ਬਾਰੇ ਤੁਹਾਡੀ ਵੱਖ ਵੱਖਰੀ ਰਾਏ ਹੋ ਸਕਦੀ ਆ। ਪਰ ਜਿਹੜਾ ਕਿਸਾਨ ਅੰਦੋਲਨ ਨੇ ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਦਾ ਪ੍ਰਵਚਨ ਸਿਰਜਿਆ, ਜਿੰਨੀ ਵੱਡੀ ਇਹਨੂੰ ਦੁਨੀਆਂ ਤੋਂ ਹਮਾਇਤ ਮਿਲ ਰਹੀ ਆ, ਇਸ ਪ੍ਰਵਚਨ ਤੇ ਕਾਇਮ ਰਹਿਣਾ ਚਾਹੀਦਾ। ਇਹਦੇ ਨਾਲ ਇਹ ਅੰਦੋਲਨ ਆ ਜਿਹੜਾ ਤੇਜ਼ ਹੋ, ਕਿਉਂਕਿ ਇਸ ਲੀਡਰਸ਼ਿਪ ਨੂੰ ਜਿਹਨੂੰ ਲੋਕ ਟਿੱਚਰਾਂ ਕਰਦੇ ਸੀ ਜਾਂ ਹੁਣ ਵੀ ਕਈ ਲੋਕ ਟਿੱਚਰਾਂ ਕਰਦੇ ਨੇ, ਜਿਹੜੇ ਜਿਹਨਾਂ ਦਾ ਇੱਕੋ ਪ੍ਰਵਚਨ ਆ ਵੀ ਸਿੱਖ ਲਈ ਸਭ ਤੋਂ ਵੱਡਾ ਸੁਭਾਗ ਆ ਸ਼ਹੀਦੀ ਪ੍ਰਾਪਤ ਕਰਨਾ। ਇਸ ਅੰਦੋਲਨ ਦੌਰਾਨ ਉਹਨਾਂ ਨੇ ਕੋਸ਼ਿਸ਼ ਕੀਤੀ, ਚਲੋ ਅੰਦੋਲਨ ਬਚਾਅ ਹੋ ਗਿਆ, ਸਿਰਫ ਉਹਨਾਂ ਨੂੰ ਇੱਕੇ ਸ਼ਹੀਦ ਮਿਲਿਆ ਨਵਰੀਤ ਸਿੰਘ, ਤੇ ਉਹਦੀ ਸ਼ਹੀਦੀ ਨੂੰ ਲੈ ਕੇ ਉਹਨਾਂ ਨੇ ਮੁੜ ਕੇ ਫੇਰ ਅੰਦੋਲਨ ਤੇ ਛੱਪਾ ਪਾਉਣ ਦੀ ਕੋਸ਼ਿਸ਼ ਕੀਤੀ, ਇਹਦਾ ਪ੍ਰਵਚਨ ਬਦਲਣ ਦੀ ਕੋਸ਼ਿਸ਼ ਕੀਤੀ। ਸੋ ਸਾਨੂੰ ਜਿਹੜਾ ਇਹਦਾ ਪ੍ਰਵਚਨ ਆ ਕਿਸਾਨ ਅੰਦੋਲਨ ਦਾ, ਧਰਤੀ ਦੇ ਪੁੱਤਰਾਂ ਦਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਪ੍ਰਵਚਨ ਤੇ ਕਾਇਮ ਰਹਿਣਾ ਚਾਹੀਦਾ। ਇਹੀ ਤੇਜ਼ ਕਰਨਾ ਇਸ ਅੰਦੋਲਨ ਨੂੰ, ਅੰਦੋਲਨ ਨੇ ਅੱਗੇ ਵਧਣਾ ਹੀ ਵਧਣਾ। ਜਦੋਂ ਸਰਕਾਰ ਇਸ ਥਾਂ ਤੇ ਆਈ ਹੋਈ ਆ, ਠੀਕ ਆ ਇੱਕ ਉਹਨਾਂ ਨੇ ਸਮਝ ਲਿਆਂਦੀ ਆ ਵੋਟ ਦੀ ਚੋਟ, ਕਿਉਂਕਿ ਜਦੋਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਇਸ ਸਿਸਟਮ ਨੂੰ ਮਲਕ ਭਾਗੋਆਂ ਦੇ, ਮਾਇਆ ਧਾਰੀਆਂ ਦੇ, ਕਾਰਪੋਰੇਟ ਦੇ ਹਵਾਲੇ ਕਰਨ ਦਾ ਮਿੱਥਿਆ ਹੋਇਆ, ਉਹਦੇ ਖਿਲਾਫ ਭਾਈ ਲਾਲੋਆਂ ਦੀ ਲੜਾਈ ਆ, ਪਰ ਉਹਨਾਂ ਖਾਤਰ ਵੋਟਾਂ ਰਾਹੀਂ ਜਿੱਤਣਾ ਵੀ ਇੱਕ ਸਵਾਲ ਆ। ਇਸ ਕਰਕੇ ਵੋਟ ਸਿਆਸਤ ਦੇ ਵਿੱਚ ਚੋਟ ਮਾਰਨ ਬਾਰੇ ਵੀ ਗੰਭੀਰਤਾ ਦੇ ਨਾਲ ਸਾਨੂੰ ਸੋਚਣਾ ਚਾਹੀਦਾ। ਹਰ ਖੇਤਰ 'ਚ ਲੜਾਈ ਆ, ਇਹ ਨਹੀਂ ਕਿ ਸਾਡੀ ਇੱਥੇ ਲੜਾਈ ਆ, ਆਪਾਂ ਬਾਕੀ ਗੱਲਾਂ ਤੋਂ ਕੀ ਲੈਣਾ। ਬਾਕੀ ਕਿਸਾਨ ਅੰਦੋਲਨ ਦੀ ਇੱਕ ਸੀਮਾ ਜਿਹਦੇ ਵਿੱਚ ਉਹ ਤਿੰਨ ਖੇਤੀ ਬਿੱਲਾਂ ਦੀ ਗੱਲ ਕਰਦਾ, ਉਹ ਫੈਡਰਲ ਢਾਂਚੇ ਦੀ ਗੱਲ ਕਰਦਾ, ਫੈਡਰਲ ਹੱਕਾਂ ਦੀ ਗੱਲ ਕਰਦਾ, ਮਤਲਬ ਤੇ ਜਿਹੜੀ ਕਣਕ ਦੀ ਖੇਤੀ ਜਿਣਸਾਂ ਦੀ ਖਰੀਦ ਆ ਉਹਦੇ ਲਈ ਘੱਟੋ ਘੱਟ ਜਿਹੜਾ ਭਾਅ ਉਹ ਤੇ ਖਰੀਦ ਦੀ ਗਰੰਟੀ ਦੀ ਗੱਲ ਕਰਦਾ। ਬਾਬੇ ਨਾਨਕ ਨੇ ਕੀ ਕਿਹਾ ਸੀ ਜੀ, ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਭੇਖ ਦੁਆਰ। ਇਹਨਾਂ ਨੇ ਹਾਕਮਾਂ ਨੇ ਜੋ ਵਿਕਾਸ ਦਾ ਮਾਡਲ ਇੱਥੇ ਸਿਰਜਿਆ, ਇਹਨਾਂ ਨੇ ਖੇਤੀ ਨੂੰ ਨਖਿੱਧ ਬਣਾਤਾ, ਖੇਤੀ ਨੂੰ ਘਾਟੇ ਬੰਦੇ ਦਾ ਸੌਦਾ ਬਣਾਤਾ, ਖੇਤੀ ਨੂੰ ਖੁਦਕਸ਼ੀਆਂ ਦੀ ਖੇਤੀ ਬਣਾਤੀ। ਸੋ ਇਸ ਸੰਕਲਪ ਨੂੰ ਬਦਲਣ ਦੀ ਲੜਾਈ ਹੈ ਇਹ। ਇਸ ਕਰਕੇ ਇੱਕ ਬਦਲਵਾਂ ਮਾਡਲ ਪੇਸ਼ ਕਰਨ ਦੀ ਗੱਲ, ਬਦਲਵਾਂ ਤਰੀਕਾ ਪੇਸ਼ ਕਰਨ ਦੀ ਗੱਲ, ਕੁਦਰਤ ਪੱਖੀ ਹੋਵੇ ਜਿਹੜਾ ਜਿਹੜਾ ਮਨੁੱਖ ਦੀ ਜੀਵਨ ਜਾਚ ਨਾਲ ਜੁੜਿਆ ਹੋਵੇ, ਉਹ ਲੜਾਈ ਆ ਜਿਹੜੀ ਬਾਕੀ ਧਿਰਾਂ ਜਿਹੜੀਆਂ ਬਾਹਰ ਖੜੀਆਂ ਨੇ, ਜਿਹੜੀਆਂ ਸਿਰਫ ਇੰਨਾ ਕਹਿ ਕੇ ਸਾਰ ਰਹੀਆਂ ਨੇ ਅਸੀਂ ਕਿਸਾਨ ਅੰਦੋਲਨ ਦੇ ਹਮੇਤੀ ਹਾਂ, ਤੇ ਉਸ ਤੋਂ ਬਾਅਦ ਇਸ ਅੰਦੋਲਨ ਦੇ ਰੋਹ ਨੂੰ ਆਪਣੇ ਵੋਟਾਂ ਦਾ ਖਾਜਾ ਬਣਾ ਰਹੀਆਂ ਨੇ। ਪੰਜਾਬ ਦੇ ਵਿੱਚ ਤਾਂ ਐਕਸਰਸਾਈਜ਼ ਸ਼ੁਰੂ ਹੋ ਗਈ ਉਸ ਪਾਸੇ ਵੱਲ ਜਿਹੜੇ ਬਾਹਰ ਲੋਕ ਬੈਠੇ। ਇਹ ਇਕੱਲੇ ਕਿਸਾਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਹੁਣ ਵੀ ਉਹ ਸਾਰਾ ਕੁਛ ਉਹੀ ਕਰਕੇ ਦੇਣ, ਉਹਨਾਂ ਦੀ ਲੜਨ ਨਾਲ ਲੜ ਜੋੜਦਿਆਂ, ਉਹਨਾਂ ਦਾ ਵਰ ਮੇਚਦਿਆਂ ਜਿਹੜੇ ਬਾਕੀ ਲੋਕ ਨੇ, ਸਿਆਸੀ ਪਾਰਟੀਆਂ ਨੇ, ਬੁੱਧੀਜੀਵੀ ਨੇ, ਵਿਦਵਾਨ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਿਚਾਰਧਾਰਾ ਦੇ ਖੇਤਰ ਚ, ਬਦਲਵੀ ਸੋਚ, ਬਦਲਵੀ ਸਿਆਸਤ ਪੇਸ਼ ਕਰਨ ਦੇ ਖੇਤਰ ਚ। ਜੀ
ਬਿਲਕੁਲ ਸਰ, ਬਹੁਤ ਸਾਰੇ ਜਿਹੜੇ ਕੜੇ ਫੈਸਲੇ ਨੇ ਹੁਣ ਕਿਸਾਨ ਨੇਤਾਵਾਂ ਦੇ ਵੱਲੋਂ ਲੈਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ। ਇੱਕ ਪਿੱਛੇ ਜਾਂ ਹੁਣੇ ਬਿਆਨ ਆਇਆ ਕਿ ਸੰਸਦ ਦਾ ਜਿਹੜਾ ਘਿਰਾਓ ਹੈ ਉਹ ਕਰਨਾ ਹੈ। ਇਹ ਐਲਾਨ ਇੱਕ ਬੜੀ ਵੱਡੀ ਇੱਕ ਚੁਣੌਤੀ ਵੀ ਜਿਹੜੀ ਹੈ ਉਹ ਸਾਹਮਣੇ ਰਹਿਣ ਵਾਲੀ ਹੈ। ਕਿਤੇ 26 ਜਨਵਰੀ ਦੇ ਵਾਂਗੂ ਕਿਤੇ ਗੱਦਾਰ ਨਾ ਕਹਿ ਦਿਓ, ਪੈਰ ਪਿੱਛੇ ਨਾ ਪੁੱਟ ਜਾਇਓ। ਇਸ ਮਾਰਚ ਨੂੰ ਐਲਾਨ ਕਰਨ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਿਹੜੀਆਂ ਚੁਣੌਤੀਆਂ ਤੁਹਾਨੂੰ ਦੇਖੋ ਜੀ, ਇਹ ਗੱਲ ਤੁਹਾਡੀ ਹੋ ਸਕਦੀ? ਬਹੁਤ ਗੰਭੀਰ ਸਵਾਲ ਆ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਕਿਸਾਨ ਅੰਦੋਲਨ ਕਹਿੰਦਾ ਉਹਦੇ ਅੰਦਰੋਂ ਵੀ ਕਈ ਵਾਰ ਬੋਲਣ ਚੱਲਣ 'ਚ ਕਈ ਫਰਕ ਵਾਲੀਆਂ ਗੱਲਾਂ ਆ ਜਾਂਦੀਆਂ ਨੇ, ਤੇ ਜਿਹੜੇ ਬਾਹਰਲੇ ਲੋਕ ਨੇ ਜਿਹੜੇ ਇਸ ਅੰਦੋਲਨ ਦਾ ਪ੍ਰਵਚਨ ਬਦਲਣਾ ਚਾਹੁੰਦੇ ਆ, ਉਹ ਕਿਸਾਨ ਅੰਦੋਲਨ ਦੇ ਹਰ ਇੱਕ ਸੱਦੇ ਨੂੰ ਫਿਰ ਆਪਦੇ ਅਰਥ ਦਿੰਦੇ ਨੇ। ਜਿਵੇਂ ਜਿਵੇਂ ਉਹ ਕਹਿੰਦੇ ਰਹੇ ਵੀ ਅਸੀਂ ਦਿੱਲੀ ਦੀ ਹਿੱਕ ਤੇ ਟਰੈਕਟਰ ਨੱਚਣਗੇ, ਮਤਲਬ ਅਸੀਂ ਮੋਦੀ ਦੀ ਸੰਘੀ ਕੁੱਟੀ ਹੋਈ ਆ ਹੋਰ ਕੁੱਟਾਂਗੇ। ਇਹ ਹੁਣ ਅਲੰਕਾਰ ਨੇ ਇੱਕ ਅੰਦੋਲਨ ਦੇ ਵਿੱਚ ਲੋਕਾਂ ਦਾ ਜੋਸ਼ ਉਭਾਰਨ ਦਾ ਜਾਂ ਹਕੂਮਤ ਨੂੰ ਚੁਣੌਤੀ ਦੇਣ ਦੇ। ਇਹਨਾਂ ਦੀ ਦੁਰਵਰਤੋਂ ਵੀ ਹੁੰਦੀ ਆ, ਪਰ ਅੰਦੋਲਨ ਦੇ ਫੈਸਲੇ ਹੋਰ ਗੱਲ ਹੁੰਦੀ ਹੈ। ਜਦੋਂ ਤੁਸੀਂ ਫੈਸਲਾ ਲੈਂਦੇ ਆ ਵੀ ਹੁਣ ਅਸੀਂ ਹਾਂ ਜੀ, ਅਸੀਂ ਜਦੋਂ ਵਿਦਿਆਰਥੀ ਸੀ ਅਸੀਂ ਵੀ ਅੰਦੋਲਨ ਕਰਦੇ ਰਹੇ ਹਾਂ, ਜਦੋਂ ਅਸੀਂ ਕਾਲਜ ਦੇ ਵਿੱਚੋਂ ਰੈਲੀ ਕਰਕੇ ਨਿਕਲਦੇ ਸੀ ਅਸੀਂ ਵੀ ਨਾਅਰੇ ਇਹੀ ਲਾਉਂਦੇ ਸੀ, ਇੱਕੀ ਦੁੱਕੀ ਚੱਕ ਦੇਵਾਂਗੇ, ਧੌਣ ਤੇ ਗੋਡਾ ਰੱਖ ਦੇਵਾਂਗੇ, ਭਗਤ ਸਿੰਘ ਦੇ ਵਾਰਸੋ ਢਾਹ ਦੋ ਕੰਧਾਂ ਰੇਤ ਦੀਆਂ, ਜਾ ਕੇ ਅਸੀਂ ਧਰਨਾ ਲਾ ਲੈਂਦੇ ਸੀ ਜਾਂ ਡੀਸੀ ਨੂੰ ਮੈਮੋਰੈਂਡਮ ਦਿੰਦੇ ਸੀ ਵੀ ਇਹ ਅੰਦੋਲਨ ਦਾ ਸੰਘਰਸ਼ ਦਾ ਪੜਾਅ ਕੀ ਕਰਨਾ। ਇਸੇ ਕਰਕੇ ਹੁਣ ਜਿਵੇਂ ਤੁਸੀਂ ਕਹਿੰਦੇ ਉਹਨਾਂ ਨੇ ਕਿਹਾ ਅਸੀਂ ਸੰਸਦ ਵੱਲ ਮਾਰਚ ਕਰਾਂਗੇ, ਹੁਣ ਜਦੋਂ ਇੱਥੇ ਗੱਲ ਬਦਲ ਜਾਂਦੀ ਆ ਉਹਨਾਂ ਨੇ ਘੇਰਨ ਦੀ ਗੱਲ ਕੀਤੀ ਆ। ਬਾਤ ਕਰਦੇ ਹੋਏ ਤੁਸੀਂ ਉੱਥੇ ਜਾ ਵੀ ਸਕਦੇ ਹੋ, ਜ਼ਰੂਰੀ ਨਹੀਂ ਉੱਥੇ ਘਰਾ ਹੋਵੇ। ਜਿਵੇਂ ਰਾਕੇਸ਼ ਟਿਕੈਤ ਨੇ ਵੀ ਇੱਕ ਵਾਰ ਉਸ ਦਿਨ ਗਾਜ਼ੀਪੁਰ ਬਾਰਡਰ ਤੇ ਗਿਆ ਸੀ, ਉਹਨੇ ਕਿਹਾ ਵੀ ਅਸੀਂ ਅੰਦੋਲਨ ਕਿੰਨੀ ਵਾਰ ਕੀਤਾ ਵੀ ਅਸੀਂ ਪਾਰਲੀਮੈਂਟ ਤੇ ਕਬਜ਼ਾ ਕਰਾਂਗੇ, ਅਸੀਂ ਲਾਲ ਕਿਲੇ ਤੇ ਆਹ ਕਰਾਂਗੇ। ਇਹ ਗੱਲਾਂ ਕਹੀਆਂ ਜਾਂਦੀਆਂ ਹੁੰਦੀਆਂ ਨੇ, ਇਹਦਾ ਮਤਲਬ ਉਹ ਨਹੀਂ ਹੁੰਦਾ, ਪਰ ਅਸੀਂ ਜਾ ਕੇ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠਦੇ ਆ, ਉੱਥੇ ਸੰਘਰਸ਼ ਦੇ ਨੇ। ਇਸ ਕਰਕੇ ਇਹ ਜਿਹੜਾ ਘੋਲ ਦਾ ਰੂਪ ਆ ਇਹਨੂੰ ਬਹੁਤ ਚੰਗੀ ਤਰ੍ਹਾਂ ਵਿਆਖਿਆ ਕਰਨੀ, ਬਹੁਤ ਠੋਸ ਰੂਪ ਚ ਵਿਆਖਿਆ ਕਰਨੀ, ਤਾਂ ਕਿ ਇਹਦੀ ਕੋਈ ਦੁਰਵਰਤੋਂ ਨਾ ਕਰੇ, ਨਾ ਸਿਰਫ ਅੰਦੋਲਨ ਦੇ ਵਿਰੋਧੀ ਸਗੋਂ ਸਰਕਾਰ ਵੀ ਆਹ ਦੇਖੋ ਜੀ ਇਹ ਤਾਂ ਆਹ ਕਰਨ ਆ ਰਹੇ ਨੇ। ਸੋ ਇਸ ਕਰਕੇ ਇਹਦੇ ਲਈ ਹਾਂ ਇੱਕ ਐਲਾਨ ਉਹਨਾਂ ਨੇ ਕੀਤਾ ਵੀ ਟਰੈਕਟਰ ਨਹੀਂ ਜਾਣਗੇ, ਅਸੀਂ ਪੈਦਲ ਜਾਵਾਂਗੇ, ਕਿੱਥੇ ਘੇਰਨਗੇ ਉੱਥੇ ਰੋਕਾਂਗੇ, ਉੱਥੇ ਕਿਹਾ ਜਿਹਾ ਪ੍ਰੋਟੈਸਟ ਹੋਊ, ਗਾਹਾਂ ਕੀ ਹੋਊ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆ। ਪਰ ਇਹ ਗੱਲ ਤੁਹਾਡੀ ਪੱਕੀ ਆ, ਜੋ ਕੁਛ 26 ਨੂੰ ਹੋਇਆ ਕਿਹਾ ਉਹਨਾਂ ਨੇ, ਈਵਨ ਚੜੂਨੀ ਸਾਹਿਬ ਨੇ ਗੁਰਨਾਮ ਸਿੰਘ ਉਹਨਾਂ ਨੇ ਵੀ ਕਿਹਾ ਵੀ 26 ਦੀ ਘਟਨਾ ਨੇ ਸਾਡੀਆਂ ਨੀਹਾਂ ਹਲਾਤੀਆਂ ਸੀ, ਅਸੀਂ ਉਹ ਤੋਂ ਸਭ ਕੁਛ ਸਿੱਖਿਆ, ਅਸੀਂ ਵਲੰਟੀਅਰ ਫੋਰਸ ਵੀ ਤਿਆਰ ਕਰਾਂਗੇ, ਲੋਕਾਂ ਨੂੰ ਵੀ ਨਾਲ ਲਵਾਂਗੇ, ਹਿੰਸਾ ਲਈ ਸਾਡੇ ਅੰਦੋਲਨ ਦੇ ਵਿੱਚ ਕੋਈ ਥਾਂ ਨਹੀਂ। ਜੀ ਜੀ ਬਿਲਕੁਲ, ਹਿੰਸਾ ਦੀ ਕੋਈ ਥਾਂ ਨਹੀਂ ਔਰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਅੰਦੋਲਨ ਹੈ ਉਹ ਕੀਤਾ ਜਾ ਰਿਹਾ ਔਰ ਇਹ ਅੰਦੋਲਨ ਇੱਕ ਜੁੱਟਤਾ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਸਫਲਤਾ ਦੇ ਵੱਲ ਜਿਹੜਾ ਲੈ ਕੇ ਜਾ ਰਿਹਾ। ਉੱਥੇ ਹੀ ਅਸੀਂ ਜੇ ਗੱਲ ਕਰੀਏ ਇਸ ਲਈ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਜੋ ਇਸ ਵਕਤ ਪੰਜਾਬ ਦੇ ਔਰ ਪੂਰੇ ਦੇਸ਼ ਦੇ ਜਿਹੜੇ ਨੇ ਜੁੜ ਚੁੱਕੇ ਨੇ ਇਸ ਅੰਦੋਲਨ ਦੇ ਨਾਲ, ਉਹਦੇ ਵਿੱਚ ਦੀਪ ਸਿੱਧੂ ਦਾ ਨਾਮ ਵੀ ਆਉਂਦਾ, ਉਹਦਾ ਜਨਮ ਦਿਨ ਜਿਹੜਾ ਬਾਰਡਰ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਮਨਾਇਆ ਗਿਆ। ਲੱਖਾਂ ਸਿਧਾਣਾ ਨੂੰ ਲੈ ਕੇ ਨੌਜਵਾਨਾਂ ਤੇ ਕਿਸਾਨ ਆਗੂਆਂ ਦੇ ਵਿਚਕਾਰ ਇਸ ਵਕਤ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਆ, ਕਿਸ ਤਰ੍ਹਾਂ ਦੇ ਵਿਚਾਰ ਨੇ ਆਪਸ ਦੇ ਵਿੱਚ? ਪਹਿਲੀ ਗੱਲ ਤਾਂ ਇਹ ਹੈ ਜੀ, ਦੀਪ ਸਿੱਧੂ ਦਾ ਵਰਤਾਰਾ ਹੋ ਰਿਹਾ, ਲੱਖਾਂ ਸਿਧਾਣਾ ਦਾ ਵਰਤਾਰਾ ਹੋ ਰਿਹਾ। ਦੀਪ ਸਿੱਧੂ ਤਾਂ ਸ਼ੁਰੂ ਤੋਂ ਹੀ ਮੋਰਚੇ ਦੇ ਵਿੱਚ ਮੋਰਚਾ, ਜਿਹਨੂੰ ਉਹ ਆ ਤੇ ਕਹਿੰਦਾ ਕਿ ਮੈਂ ਤਾਂ ਅੰਦੋਲਨ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਨਿਭਾਉਂਦਾ ਆ ਰਿਹਾ। ਉਹਦੀ ਜਿਹੜੀ ਸਿਆਸਤ ਆ, ਜੋ ਪੰਜਾਬ ਬਾਰੇ ਬੋਲਦਾ ਉਹ ਇੱਕ ਵੱਖਰੀ ਗੱਲ ਆ। ਜੇ ਉਹ ਪੰਜਾਬ ਚੋਂ ਸਿਆਸਤ ਲੈ ਕੇ ਆਵੇ, ਪੰਜਾਬ ਦੇ ਵਿੱਚ ਪਲੇਟਫਾਰਮ ਸਾਰੇ, ਉਹਦੇ ਬਾਰੇ ਤੁਹਾਡੇ ਵੱਖੋ ਵੱਖਰੀ ਪਹੁੰਚ ਹੋ ਸਕਦੀ ਹੈ, ਸਹਿਮਤੀ ਤੇ ਅਸਹਿਮਤੀ ਹੋ ਸਕਦੀ ਆ। ਉਹਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਆ ਵੀ ਉਹ ਅੰਦੋਲਨ ਦਾ ਰੂਪ ਬਦਲਣਾ ਚਾਹੁੰਦਾ, ਅੰਦੋਲਨ ਦਾ ਰੁੱਖ ਬਦਲਣਾ ਚਾਹੁੰਦਾ, ਅੰਦੋਲਨ ਦਾ ਏਜੰਡਾ ਬਦਲਣਾ ਚਾਹੁੰਦਾ, ਅੰਦੋਲਨ ਦਾ ਵਰਤਾਂਤ ਬਦਲਣਾ ਚਾਹੁੰਦਾ, ਜਿਹਦੇ ਕਰਕੇ ਸ਼ੁਰੂ ਤੋਂ ਸ਼ੰਭੂ ਮੋਰਚੇ ਤੇ ਉਹਨੇ ਲੀਡਰਸ਼ਿਪ ਨੂੰ ਨਕਾਰਨ ਦਾ ਵਰਤਾਂਤ ਸਿਰਜਿਆ। ਉਹਨੇ ਆ ਤੇ ਕਿਹਾ ਜੇ ਸਿਰਫ ਖੇਤੀ ਕਾਨੂੰਨਾਂ ਦੀ ਲੜਾਈ ਹੁੰਦੀ, ਜੇ ਇਹ ਸਿਰਫ MSP ਦੀ ਗੱਲ ਹੁੰਦੀ, ਮੈਂ ਤਾਂ ਪੰਜਾਬ ਅੰਦੋਲਨ ਚ ਆਉਣਾ ਹੀ ਨਹੀਂ ਸੀ, ਮੈਂ ਤਾਂ ਆਇਆ ਪੰਜਾਬ ਦੀ ਹੋਂਦ ਨੂੰ ਖਤਰਾ, ਪੰਜਾਬ ਦੀ ਹੋਂਦ ਨੂੰ ਖਤਰੇ ਲਈ ਫਿਰ ਉਹ ਸਿੱਖ ਵਰਤਾਂਤ ਆ ਜਿਹੜਾ ਪ੍ਰਚਲਿਤ ਧਰਮਯੁੱਧ ਮੋਰਚੇ ਵਾਲਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾਂ ਵਾਲਿਆਂ ਦਾ ਜਾਂ ਖਾੜਕੂ ਸਿੱਖਾਂ ਦਾ ਜਾਂ ਖਾਲਿਸਤਾਨ ਦਾ, ਉਹ ਕਹਿੰਦਾ ਉਹ ਸਾਡੀ ਵਿਰਾਸਤ ਆ, ਉਹਨੂੰ ਅਸੀਂ ਨਵੇਂ ਰੂਪ ਚ ਅੱਗੇ ਲੈ ਕੇ ਜਾਣਾ। ਉਹ ਇਸ ਕਰਕੇ ਉਹ ਕਦੇ ਵੀ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਿਆ, ਕਦੇ ਵੀ ਉਹਨੂੰ ਅੰਦੋਲਨ ਦੀ ਸਟੇਜ ਨਹੀਂ ਚੜਨ ਦਿੱਤਾ ਗਿਆ। ਉਹ ਇੱਕ ਅੰਦੋਲਨ 26 ਤਰੀਕ ਨੂੰ ਜਿਹੜਾ ਉਹਨੇ ਕੀਤਾ, ਉਹਨੇ ਅੰਦੋਲਨ ਨੂੰ ਆਪਣੇ ਹਿਸਾਬ ਨਾਲ ਇੱਕ ਨਵਾਂ ਰੁੱਖ ਦੇਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਉਹ ਇਸ ਅੰਦੋਲਨ ਦਾ ਖਲਨਾਇਕ ਹੋ ਨਿਬੜਿਆ। ਇਸ ਕਰਕੇ ਉਹਦੇ ਨਾਲ ਏਕਤਾ ਦੀ ਤਾਂ ਗੱਲ ਹੀ ਕੋਈ ਹੈ ਨਹੀਂ,
ਇਹ ਤਾਂ ਸਿਰਫ ਸਾਡੇ ਰਵੀ ਸਿੰਘ ਖਾਲਸਾ ਏਡ ਵਾਲੇ ਨੇ, ਮਤਲਬ ਸਾਡੇ ਸਿੰਘ ਨੇ ਜਿਹੜੇ ਗੋਲ ਪੱਗ ਵਾਲੇ, ਜਿਹੜੀ ਸਿੱਖੀ ਦੀ ਸ਼ਾਨ ਆ, ਉਹ ਜਿਹੜੀਆਂ ਗੋਲ ਗੱਲਾਂ ਕਰਦੇ ਨੇ ਨਾ ਜੀ ਨੌਜਵਾਨਾਂ ਨਾਲ ਏਕਤਾ ਕਰੋ, ਉਹਨਾਂ ਦਾ ਮਤਲਬ ਦੀਪ ਸਿੱਧੂ ਨੂੰ ਇੱਕ ਧਿਰ ਮੰਨੋ, ਉਹਨੂੰ ਆਪਦਾ ਹਿੱਸਾ ਬਣਾਓ, ਫਿਰ ਉਹਦੇ ਨਾਲ ਸਲਾਹ ਕਰਕੇ ਤੁਸੀਂ ਮਤਲਬ ਅੱਗੇ ਅੰਦੋਲਨ ਨੂੰ ਵਧਾਓ। ਇਸ ਕਰਕੇ ਦੂਜੀ ਗੱਲ ਆ ਲੱਖੇ ਸਿਧਾਣੇ ਦੀ, ਲੱਖੇ ਸਿਧਾਣੇ ਦੀ ਇੱਕ ਬੈਕਗਰਾਉਂਡ ਆ ਗੈਂਗਸਟਰ ਵਾਲੀ, ਉਹਨੇ ਉਸ ਤੋਂ ਪਾਸਾ ਵੱਟਿਆ, ਉਹ ਇੱਕ ਸਮਾਜ ਸੇਵਕ ਦੇ ਤੌਰ ਤੇ ਸਰਗਰਮ ਹੋਇਆ, ਪੰਜਾਬੀ ਬੋਲੀ ਬਾਰੇ ਵੀ ਬੋਲਦਾ ਰਿਹਾ, ਪਰ ਉਹ ਸਿਆਸੀ ਸੂਝ ਦੇ ਤੌਰ ਤੇ ਪਰਪੱਕ ਨਹੀਂ, ਉਹੀ ਹੀਰੋ ਬਣਨ ਵਾਲੀ ਭਾਵਨਾ, ਆਪਣੀ ਮਨਾਉਣ ਵਾਲੀ ਭਾਵਨਾ ਉਹਦੇ ਵਿੱਚੋਂ ਭਾਰੂ ਰਹਿੰਦੀ ਆ, ਜਿਹਦੇ ਕਰਕੇ ਉਹ ਹਮੇਸ਼ਾ ਕਿਸਾਨ ਅੰਦੋਲਨ 'ਚ ਰਿਹਾ, ਪਰ ਹਮੇਸ਼ਾ ਕਦੇ ਉਹ 'ਤੇ ਰੋਕ ਲੱਗਦੀ ਆ, ਕਦੇ ਰੋਕ ਚੱਕ ਲੈਂਦੇ ਆ, ਇਹੀ ਕੁਛ ਉਹਨੇ 25 ਜਨਵਰੀ ਨੂੰ ਜਦੋਂ ਸਟੇਜ 'ਤੇ ਕਬਜ਼ਾ ਕੀਤਾ, ਉਹੀ ਦੋਹਰੇ ਰੋਲ ਕਰਕੇ ਉਹ ਅੰਦੋਲਨ ਦੀ ਮਾਰ ਹੇਠ ਆ ਗਿਆ, ਜਾਂ ਇਹ ਤੋਂ ਇੱਕ ਵਾਰ ਆਈਸੋਲੇਟ ਹੋ ਗਿਆ। ਅਤੇ ਹੁਣ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੀ ਆਪਸੀ ਗੱਲਬਾਤ ਹੱਲ ਹੋ ਰਹੀ ਆ, ਪਰ ਉਹ ਇਹ ਨਹੀਂ ਕੋਈ ਇੱਕ ਧਿਰਾ, ਇਹ ਅੰਦੋਲਨ ਲੋਕ ਅੰਦੋਲਨ ਆ, ਇਹ ਨਾ ਕਾਮਰੇਡਾਂ ਦਾ ਜਮਾਤੀ ਘੋਲ ਆ ਇਹ, ਨਾ ਇਹ ਮਤਲਬ ਆਪਾਂ ਕਹਿ ਦਈਏ ਉਸ ਤਰ੍ਹਾਂ, ਇਹ ਤਾਂ ਲੋਕਾਂ ਦਾ ਅੰਦੋਲਨ ਆ, ਪੰਜਾਬ ਦੇ ਲੋਕਾਂ ਦਾ, ਹਰਿਆਣੇ ਦੇ ਲੋਕਾਂ ਦਾ, ਯੂਪੀ ਦੇ ਲੋਕਾਂ ਦਾ, ਦੁਨੀਆਂ ਦੇ ਲੋਕਾਂ ਦਾ, ਲੋਕਾਂ ਦੀ ਆਪਸੀ ਸਾਂਝ ਦਾ ਅੰਦੋਲਨ ਆ। ਇਸ ਕਰਕੇ ਇਹਦੇ ਵਿੱਚ ਧਿਰਾਂ ਦੀ ਗੱਲ, ਇਹਦੇ ਵਿੱਚ ਵਰਗਾਂ ਦੀ ਗੱਲ ਨਹੀਂ ਕੋਈ, ਜਿਹੜੇ ਨੌਜਵਾਨ ਅੰਦੋਲਨ ਦੇ ਨਿਸ਼ਾਨੇ ਨਾਲ ਸਹਿਮਤ ਨੇ, ਅੰਦੋਲਨ ਦੇ ਮੰਤਵ ਨਾਲ ਸਹਿਮਤ ਨੇ, ਅੰਦੋਲਨ ਦੀ ਜਿਹੜੀ ਕਾਰਜਸ਼ੈਲੀ ਆ ਉਹਦੇ ਨਾਲ ਸਹਿਮਤ ਨੇ, ਉਹ ਸਾਰੀ ਇਹਦਾ ਹਿੱਸਾ ਨੇ। ਇਸ ਕਰਕੇ ਕੋਈ ਵੱਖਰੀ ਸੋਚ ਵਾਲੀ ਕੋਈ ਧਿਰ ਖੜੀ ਕਰਦੀ, ਉਹਦੇ ਨਾਲ ਏਕਤਾ ਖੜੀ ਕਰਦੀ, ਇਹ ਅੰਦੋਲਨ ਨੂੰ, ਉਹਦੀ ਏਕਤਾ ਨੂੰ ਢਾਹ ਲਾਉਣ ਵਾਲੀਆਂ ਕੋਸ਼ਿਸ਼ਾਂ ਨੇ, ਤੇ ਅੰਦੋਲਨ ਨੇ ਬਹੁਤ ਕਲੀਅਰ ਕਰਤਾ। ਈਵਨ ਲੱਖੇ ਸਿਧਾਣੇ ਨੇ ਵੀ ਮਹਿਰਾਜ ਰੈਲੀ 'ਚ ਗੱਲ ਕਲੀਅਰ ਕਰਤੀ, ਉਹਦੀ ਸੁਵਿਧਾ ਇਹ ਆ ਵੀ ਉਹ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਨੂੰ ਪੂਰੀ ਸਾਫ਼ ਤੇ ਸਪਸ਼ਟ ਗੱਲ ਕਹੀ ਜਾਂਦਾ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੀ ਲੀਡਰਸ਼ਿਪ ਦੇ ਨਾਲ ਹਾਂ, ਅਸੀਂ ਕੋਈ ਵੀ ਵੱਖਰਾ ਸੱਦਾ ਕਦੇ ਨਹੀਂ ਦੇਵਾਂਗੇ, ਕਿਉਂਕਿ ਜਦੋਂ ਵੱਖਰਾ ਸੱਦਾ ਦਿੱਤਾ ਜਾਂਦਾ ਤਾਂ ਸਰਕਾਰ ਉਹਨੂੰ ਵਰਤ ਲੈਂਦੀ ਆ। ਪਰ ਉਹਨੇ ਐਂ ਨਹੀਂ ਕਿਹਾ ਵੀ 26 ਨੂੰ ਗਲਤੀ ਹੋ ਗਈ, ਜਾਂ ਉਹਦੀਆਂ ਤਸਵੀਰਾਂ ਤੁਹਾਡੇ ਆ ਸਿੱਖ ਕੌਕਸ ਵਾਲੇ ਅਮਰੀਕਾ ਤੋਂ ਲੈ ਕੇ ਆਪਣੇ ਕੀ ਆ ਜਸਜੀਤ ਸਿੰਘ ਚੇਲਾ, ਅਜਮੇਰ ਸੁਖਪ੍ਰੀਤ ਉਧੋ ਕੇ, ਤੇ ਇਹ ਉਹ ਵਰਤ ਰਹੇ ਨੇ, ਉਹਨਾਂ ਪ੍ਰਤੀ ਉਹਨਾਂ ਨਾਲ ਉਹ ਨਖੇੜਾ ਨਹੀਂ ਕਰਦਾ, ਉਹਨਾਂ ਉਹ ਉਧਰਲੇ ਪਾਸੇ ਵੀ ਕਰੀ ਜਾਓ ਮੇਰੇ ਨਾਂ ਤੇ। ਜਿਵੇਂ ਮੇਰਾ ਇੱਕ ਦੋਸਤ ਆ ਬੜਾ ਲੱਖਾ ਸਿਧਾਣੇ ਦੇ ਬਹੁਤ ਨੇੜੇ ਆ, ਮੈਂ ਇੱਕ ਲੱਖਾ ਸਿਧਾਣਾ ਕਰੀ ਕੀ ਜਾਂਦਾ, ਕਹਿੰਦਾ ਬਾਈ ਜੀ ਉਹਦਾ ਸਟਾਈਲ ਆ, ਨਾਲੇ ਤਾਂ ਉਹ ਕਹੀ ਜਾਂਦਾ ਉਹ ਬੰਦਿਆਂ ਦੇ ਨਾਂ ਤੇ ਰੈਲੀਆਂ ਨਾ ਕਰੋ, ਬੰਦਿਆਂ ਦੇ ਨਾਂ ਤੇ ਰੈਲੀਆਂ ਨਾ ਕਰੋ, ਬੰਦਾ ਕੋਈ ਚੀਜ਼ ਨਹੀਂ ਇਸ ਗੱਲ ਦੇ ਵਿੱਚ, ਇਹ ਅੰਦੋਲਨ ਆ, ਤੇ ਨਾਲੇ ਕਹਿੰਦਾ ਕੋਈ ਨੀ ਮੁੰਡੇ ਉਹ ਕਰੀ ਜਾਓ, ਮੈਂ ਕਿਹੜਾ ਤੁਹਾਨੂੰ ਰੋਕਦਾ। ਲੱਖੇ ਸਿਧਾਣੇ ਦੀ ਸਿਆਸੀ ਪਰਪੱਕਤਾ ਇਹ ਹੈ ਨੀ ਜਿਹਦਾ ਉਹਨੂੰ ਨੁਕਸਾਨ ਹੋ ਰਿਹਾ ਜੀ। ਇੱਥੇ ਅਸੀਂ ਰਾਜਨੀਤਿਕ ਪਾਰਟੀਆਂ ਦੀ ਗੱਲ ਵੀ ਕਰ ਲਈਏ, ਹੁਣ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਵੱਖ ਵੱਖ ਥਾਵਾਂ ਦੇ ਉੱਤੇ, ਉਹਨਾਂ ਦਾ ਬੜਾ ਵਿਰੋਧ ਕੀਤਾ ਜਾ ਰਿਹਾ, ਨੇਤਾਵਾਂ ਦਾ ਬੜਾ ਵਿਰੋਧ ਕੀਤਾ ਜਾ ਰਿਹਾ, ਕੀ ਲੱਗਦਾ ਤੁਹਾਨੂੰ ਕਿ ਇਹਦਾ ਜਿਹੜਾ ਅਸਰ ਹੈ ਕਿਸਾਨੀ ਸੰਘਰਸ਼ ਦਾ ਸਾਡੀ ਰਾਜਨੀਤੀ ਦੇ ਉੱਤੇ ਕਿਸ ਤਰ੍ਹਾਂ ਦਾ ਪੈਣਾ, ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੀ ਵੇਖਣ ਨੂੰ ਮਿਲੇਗਾ? ਦੇਖੋ ਇੱਕ ਤਾਂ ਇਹ ਗੱਲ ਆ ਜੀ, ਮੁਲਕ ਦੀ ਸਿਆਸਤ ਦੇ ਵਿੱਚ ਜਾਂ ਈਵਨ ਤੁਹਾਡੇ ਵੀ ਜਿੱਥੇ ਇਹ ਮਾਡਲ ਪਹਿਲਾਂ ਲਾਗੂ ਹੋ ਗਿਆ, ਜਿੱਥੇ ਕਿਸਾਨ ਮਾਰੇ ਗਏ, ਜਿੱਥੇ ਖੇਤੀ ਕਾਰਪੋਰੇਟ ਬਦਲ ਬਣ ਗਿਆ, ਜਿੱਥੇ ਖੇਤੀ ਆ ਜਿਹੜੀ ਉਹ ਜੈਵਿਕ ਖੇਤੀ ਦੀ ਸਾਥ ਦੂਜੀ ਬਣ ਗਈ, ਉਹ ਲੋਕਾਂ 'ਚ ਵੀ ਅਸਰ ਪੈ ਰਿਹਾ ਵੀ ਜੋ ਸਾਡੇ ਨਾਲ ਹੋਇਆ ਇਹ ਹੁਣ ਉਹੀ ਸਾਰਾ ਕੁਛ ਭਾਰਤ 'ਚ ਕਰਨ ਜਾ ਰਹੇ ਨੇ। ਅਸਰ ਤਾਂ ਇਹਦਾ ਰਾਜਨੀਤੀ 'ਤੇ ਪੈਣਾ ਹੀ ਪੈਣਾ, ਖੇਤੀ ਆ ਜਿਹੜਾ ਉਹ ਕੇਂਦਰੀ ਏਜੰਡਾ ਬਣਨਾ ਹੀ ਬਣਨਾ, ਇਸੇ ਕਰਕੇ ਜਿਹੜਾ ਖੇਤੀ ਜਿਹੜੀ ਖੇਤੀ ਦੀ ਜਿਣਸਾਂ ਨੇ ਉਹਨਾਂ ਦੀ ਖਰੀਦ ਦਾ ਮੰਡੀਕਰਨ ਦਾ ਉਹਦਾ ਕੋਈ ਸਿਸਟਮ ਬਣਾਉਣਾ ਚਾਹੀਦਾ, ਉਹਨਾਂ ਨੂੰ ਘੱਟੋ ਘੱਟ ਕੀਮਤ ਮਿਲਣੀ ਚਾਹੀਦੀ ਹੈ, ਇਹ ਏਜੰਡਾ ਬਣਿਆ ਹੋਇਆ। ਦੂਜੀ ਗੱਲ ਜਿਹੜੀ ਪੰਜਾਬ ਆ, ਪੰਜਾਬ ਇੱਕ ਵੱਖਰੀ ਹਾਲਤ ਦੇ ਵਿੱਚ ਆ, ਇਹ ਠੀਕ ਆ ਅੱਜ ਸਾਰੀ ਦੁਨੀਆ ਜਦ ਸਾਰਾ ਮੁਲਕ ਇਹ ਕਹਿ ਰਿਹਾ ਵੀ ਪੰਜਾਬ ਦੇ ਲੋਕ ਜਿਹੜੇ ਹਮੇਸ਼ਾ ਅੱਗੇ ਰਹੇ ਨੇ, ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ ਜਾਂ ਪਹਿਲਾਂ ਕੁਰਬਾਨੀਆਂ ਦੀ ਲੜਾਈ ਹੋਵੇ ਜਾਂ ਪਹਿਲਾਂ ਮੁਗਲ ਹਾਕਮਾਂ ਦੇ ਖਿਲਾਫ਼ ਲੜਾਈ ਹੋਵੇ, ਅੱਜ ਵੀ ਉਹਨਾਂ ਨੇ ਸਾਨੂੰ ਰਾਹ ਦਿਖਾਇਆ। ਜਦੋਂ ਜਦੋਂ ਗੱਲ ਇਹ ਸੀ ਵੀ ਮੋਦੀ ਦੇ ਖਿਲਾਫ਼ ਕਿਹੜਾ ਲੜ ਲੂ ਜੀ, ਉਹਨਾਂ ਨੇ ਇੱਕ ਉਹ ਗੱਲ ਤੋੜ ਕੇ ਰੱਖਤੀ ਵੀ ਲੜਿਆ ਜਾ ਸਕਦਾ, ਲੜਿਆ ਜਾਣਾ ਚਾਹੀਦਾ। ਉਹਨਾਂ ਨੇ ਸਾਬਤ ਕਰਤਾ ਕਿ ਲੜਨਾ ਕੋਈ ਸ਼ੌਂਕ ਨਹੀਂ ਹੁੰਦਾ, ਲੜਨਾ ਇੱਕ ਲੋੜ ਹੁੰਦੀ ਹੈ, ਲੜਨ ਤੋਂ ਖਿਸਕਣ ਦਾ ਮਤਲਬ ਸਮਝ ਦੀ ਥੋੜ ਹੁੰਦੀ ਹੈ। ਪੰਜਾਬ ਇੱਕ ਵਿਲੱਖਣ ਹੋਣ ਕਰਕੇ ਹੁਣ ਇੱਥੇ ਵੋਟ ਦੀ ਚੋਟ ਕਿਵੇਂ ਲੱਗੇ, ਪੰਜਾਬ ਦੇ ਵਿੱਚ ਬਦਲਵੀ ਸਿਆਸਤ ਕੀ ਉੱਭਰੇ, ਇੱਕ ਬੜਾ ਵੱਡਾ ਗੰਭੀਰ ਸਵਾਲ ਆ ਸਾਡੇ ਲਈ। ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਮੇਤ ਭਾਜਪਾ, RSS, ਅਕਾਲੀ ਦਲ ਜੋ ਵੀ ਨੇ, ਉਹਨਾਂ ਨੇ ਇੱਕ ਫੈਸਲਾ ਕਰ ਲਿਆ ਕਿਸਾਨ ਅੰਦੋਲਨ ਦਾ ਪੰਜਾਬ ਦੀ ਰਾਜਨੀਤੀ ਤੇ ਅਸਰ ਨਹੀਂ ਪੈਣ ਦੇਣਾ। ਇਸ ਕਰਕੇ ਉਹਨਾਂ ਨੇ ਰਾਜਨੀਤੀ ਕਿਹੜੀ ਸ਼ੁਰੂ ਕਰ ਲਈ, ਇੱਕ ਤਾਂ ਕਹਿੰਦਾ ਜੀ ਮੈਂ 85% ਵਾਅਦੇ ਪੂਰੇ ਕਰਤੇ, 15% ਸਾਲ 'ਚ ਕਰ ਦੂੰ। ਦੂਜਾ ਉਹਦਾ ਵਿਰੋਧੀ ਕਹਿੰਦਾ ਸੁਖਬੀਰ
ਪੰਜਾਬ ਮੰਗਦਾ ਹੈ ਜਵਾਬ, ਕੈਪਟਨ ਦੇ ਵਾਅਦਿਆਂ ਦਾ ਹਿਸਾਬ। ਤੀਜਾ ਕੇਜਰੀਵਾਲ ਜੀ ਆਏ ਨੇ, ਉਹ ਕਹਿੰਦੇ ਜਿਹੜੇ ਵਾਅਦੇ ਇਹਨਾਂ ਨੇ ਨਹੀਂ ਪੂਰੇ ਕੀਤੇ ਉਹ ਮੈਂ ਤੁਹਾਨੂੰ ਪੂਰੇ ਕਰਕੇ ਦੇਊਂਗਾ। ਇਹਦੇ ਵਿੱਚ ਖੇਤੀ ਕਿੱਥੇ ਆ, ਕਿਸਾਨ ਸੰਕਟ ਕਿੱਥੇ ਆ, ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਿੱਥੇ ਆ, ਇਹ 'ਚ ਜੋ ਫੈਡਰਲ ਢਾਂਚੇ ਦਾ ਸਵਾਲ ਉਹ ਆ ਰਿਹਾ ਉਹਦੀ ਗੱਲ ਕਿੱਥੇ ਆ। ਸਿਆਸੀ ਪਾਰਟੀਆਂ ਕਹਿੰਦੀਆਂ ਨੇ ਅਸੀਂ ਬਿੱਲਾਂ ਦਾ ਵਿਰੋਧ ਕਰਦੇ ਹਾਂ, ਪਰ ਜਿਵੇਂ ਕਿਸਾਨ ਵਿਰੋਧ ਕਰਦੇ ਆ ਉਸ ਤਰ੍ਹਾਂ ਨਹੀਂ ਵਿਰੋਧ ਕਰਦੇ। ਇਹ ਨਹੀਂ ਕਹਿੰਦੇ ਸੰਵਿਧਾਨ ਦੀ ਉਲੰਘਣਾ, ਇਹ ਨਹੀਂ ਕਹਿੰਦੇ ਰਾਜਾਂ ਦੇ ਹੱਕਾਂ ਤੇ ਹਮਲਾ, ਕਿਉਂਕਿ ਰਾਜਾਂ ਦੇ ਹੱਕਾਂ ਤੇ ਹਮਲੇ ਦੀ ਗੱਲ ਕਰਨਗੇ ਫਿਰ ਇਹ ਲੜੀ ਅੱਗੇ ਤੁਰਦੀ ਆ ਨਾ। ਇਕੱਲਾ ਖੇਤੀ ਤੇ ਹਮਲਾ ਥੋੜਾ ਕੀਤਾ, ਇਹਨਾਂ ਨੇ ਸਿੱਖਿਆ ਦਾ ਵੀ ਸਾਡੇ ਤੋਂ ਖੋਲਿਆ, ਇਹ ਸਾਡੇ ਤੋਂ ਪਾਣੀਆਂ ਦਾ ਹੱਕ ਵੀ ਖੋਲ ਰਹੇ ਨੇ, ਕੁਦਰਤੀ ਸਾਧਨਾਂ ਦੀ ਮਾਲਕੀ ਦਾ ਹੱਕ ਵੀ ਖੋਲ ਰਹੇ ਨੇ, ਇਹਨਾਂ ਨੇ ਸਾਡੇ ਤੋਂ ਟੈਕਸ ਲਾਉਣ ਦਾ ਹੱਕ ਵੀ ਖੋਲਿਆ, ਇਹਨਾਂ ਨੇ ਇੱਕ ਬੋਲੀ ਇੱਕ ਦੇਸ਼ ਭਾਸ਼ਾ ਵੀ ਸਾਡੇ ਤੇ ਲਾਗੂ ਕਰ ਰਹੇ ਨੇ। ਸੋ ਇਸ ਕਰਕੇ ਸਿਆਸੀ ਪਾਰਟੀਆਂ ਪੰਜਾਬ 'ਚ ਬੜੀ ਖਤਰਨਾਕ ਖੇਡ ਰਹੀਆਂ ਨੇ, ਤੇ ਕਿਸਾਨ ਅੰਦੋਲਨ ਦੀ ਜਥੇਬੰਦੀਆਂ ਦੀ ਇੱਕ ਸੀਮਤ ਆਈ ਆ ਕਿ ਉਹ ਆਪਣੀ ਜਿਹੜੀ ਸਿਆਸਤ ਆ ਜਾਂ ਜਿਹੜੀ ਗੱਲ ਬਣਦੀ ਆ ਉਹ ਪੰਜਾਬ 'ਚ ਸਿਆਸੀ ਦਖਲ ਦੇਣ ਤੋਂ, ਸਿਆਸੀ ਬਦਲ ਉਭਾਰਨ ਤੋਂ ਉਹ ਪਹਿਲਾਂ ਵੀ ਤਾਲਾ ਵੱਟਦੇ ਰਹੇ ਨੇ, ਹੁਣ ਵੀ ਵੱਟਦੇ ਰਹੇ ਨੇ। ਠੀਕ ਆ, ਜੇ ਉਹਨਾਂ ਨੇ ਚੋਣਾਂ 'ਚ ਹਿੱਸਾ ਨਹੀਂ ਲੈਣਾ ਉਹਨਾਂ ਦੀ ਸੀਮਤ ਆਈ ਆ, ਤਾਂ ਉਹ ਘੱਟ ਤੋਂ ਘੱਟ ਪੰਜਾਬ ਲਈ ਏਜੰਡਾ ਤਾਂ ਨਿਰਧਾਰਿਤ ਕਰ ਸਕਦੇ ਆ ਨਾ ਜੀ, ਸਾਡੀ ਸਮਝ ਤਾਂ ਬਣ ਸਕਦੀ ਆ ਨਾ ਜੀ। ਆਹ ਵੀ ਜਿਹੜੇ ਚੋਣਾਂ ਵਾਲੇ ਤੁਰ ਪਏ ਆ ਵੋਟਾਂ ਮੰਗਣ ਲਈ, ਹੁਣ ਤੁਰ ਪਏ ਫੇਰ ਬਗਲੀਆਂ ਪਾ ਕੇ, ਜਿਵੇਂ ਉਸ ਵੇਲੇ ਅਸੀਂ ਨਾਅਰੇ ਲਾਉਂਦੇ ਹੁੰਦੇ ਸੀ ਆ ਵੋਟਾਂ ਮੰਗਣ ਲਈ ਤੁਰ ਪਏ ਫੇਰ ਬਗਲੀਆਂ ਆ ਕੇ, ਹੁਣ ਸਾਡੇ ਪਿੰਡਾਂ ਚੋਂ ਜਾਵੋਗੇ ਮੱਥੇ ਪੜਵਾ ਕੇ, ਹੁਣ ਇਹਨਾਂ ਨੂੰ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਪੈਣਾ ਨਾ ਜੀ। ਉਹ ਸਵਾਲ ਤਾਂ ਕਿਸਾਨ ਅੰਦੋਲਨ ਨੂੰ ਉਭਾਰਨੇ ਚਾਹੀਦੇ ਆ ਵੀ ਸਾਡੀ ਸਿਹਤ ਦਾ ਹਾਲ ਕੀ ਆ, ਸਾਡੀ ਸਿੱਖਿਆ ਦਾ ਹਾਲ ਕੀ ਆ, ਅਸੀਂ ਕਰਜ਼ਾਈ ਕਿਉਂ ਆ, ਕਿਸਾਨਾਂ ਦਾ ਕਰਜ਼ਾ ਕੀ ਆ, ਸਾਡਾ ਪਾਣੀ ਆ ਜਿਹੜਾ ਪਤਾਲ ਦਾ ਅਸੀਂ ਟੂੰਡ ਰਿਹਾ ਖਿੱਚ ਰਿਹਾ ਉਹ ਕਿਉਂ ਖਿੱਚ ਰਿਹਾ, ਸਾਡਾ ਵਾਤਾਵਰਨ ਕਿਉਂ ਖਰਾਬ ਹੋ ਗਿਆ, ਅੱਜ ਜਿਹੜੀ ਖੇਤੀ ਆ ਉਹ ਜ਼ਹਿਰੀਲੀ ਖੇਤੀ ਕਿਉਂ ਬਣ ਗਈ, ਜਿਹੜਾ ਬਾਬੇ ਨਾਨਕ ਨੇ ਸਾਨੂੰ ਇੱਕ ਪ੍ਰਵਚਨ ਦਿੱਤਾ ਸੀ ਉੱਤਮ ਖੇਤੀ ਮੱਧਮ ਵਪਾਰ, ਮਤਲਬ ਉਹ ਤੋਂ ਅਸੀਂ ਕਿੱਥੇ ਉੱਡ ਗਏ, ਜਾਂ ਜਿਹੜਾ ਉਹਨਾਂ ਨੇ ਕਿਹਾ ਸੀ ਪਾਣੀ ਬਾਰੇ ਕਿਹਾ ਸੀ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ, ਜਾਂ ਉਹਨਾਂ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਵਿਚਾਰ ਜਿਹਨਾਂ ਤੋਂ ਅਸੀਂ ਬੇਮੁੱਖ ਹੋਏ ਹੋਏ ਹਾਂ, ਇਹਨਾਂ ਨੂੰ ਸਾਨੂੰ ਅਪਣਾਉਣ ਦੀ ਆਪਣੀ ਜੀਵਨ ਜਾਤ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਇਹੀ ਬਦਲਵੀ ਰਾਜਨੀਤੀ ਆ ਤੇ ਪੰਜਾਬ ਇਹਦਾ ਖੇਤਰ ਆ, ਇਸ ਕਰਕੇ ਪੰਜਾਬ ਨੂੰ ਇਸ ਮਾਮਲੇ 'ਚ ਵਿਚਾਰ ਵਾਲੇ ਮਾਮਲੇ 'ਚ ਜੁੜਨ ਲਈ ਪਹਿਲ ਕਰਨੀ ਚਾਹੀਦੀ ਆ, ਆਪਣੀਆਂ ਜਿਹੜੀਆਂ ਜਿਹੜਾ ਦਿਮਾਗੀ ਸਿਸਟਮ ਸਾਡਾ ਮਤਲਬ ਬਦਲਤਾ, ਜਿਹੜਾ ਸਾਡਾ ਰਿਸਪੋਂਸ ਸਿਸਟਮ ਬਦਲਤਾ, ਜਿਹੜਾ ਇਹ ਬਣਾਤਾ ਵੀ ਸਿੱਖਾਂ ਨੂੰ ਭੜਕਾਉਣ ਦੀ ਕੀ ਗੱਲ ਆ, ਇੱਕ ਆਹ ਕੰਮ ਕਰ ਦਿਓ ਸਾਰੇ ਸਿੱਖ ਭੜਕ ਜਾਣਗੇ। ਹੁਣ ਭੜਕਾਹਟ ਦੀਆਂ ਗੱਲਾਂ ਨਹੀਂ, ਹੁਣ ਜਜ਼ਬਾਤਾਂ ਦੀਆਂ ਗੱਲਾਂ ਨਹੀਂ, ਹੁਣ ਵਿਚਾਰਾਂ ਦੀਆਂ ਗੱਲਾਂ ਨੇ, ਹੁਣ ਜੋਸ਼ ਤੇ ਹੋਸ਼ ਦੀਆਂ ਗੱਲਾਂ ਨੇ, ਹੁਣ ਹੁਣ ਜਿਹੜਾ ਆਪਾਂ ਕਹਿੰਦੇ ਗੁਰਮੁਖ, ਗੁਰਮੁਖ ਗੁਰੂ ਦੀ ਮੱਤ ਆ, ਇੱਕ ਮਨਮੁਖ, ਸਾਨੂੰ ਮਨਮੁਖਤਾ ਜਿਹੜੀ ਉਹਨੂੰ ਤਿਆਗ ਕੇ ਗੁਰਮੁਖਤਾ ਵੱਲ ਗੁਰੂ ਦੀ ਮੱਤ ਵੱਲ ਮੁੜਨ ਦੀ ਲੋੜ ਆ ਜੀ। ਸੋ ਇਹ ਜਾਂਦੇ ਜਾਂਦੇ ਅਸੀਂ ਸਵਾਲ ਹੋਏਗਾ ਆਖਰੀ ਕਿ ਸਰਕਾਰ ਇਹਨਾਂ ਮੰਗਾਂ ਨੂੰ ਮੰਗਣ ਦੇ ਲਈ ਟਸ ਤੋਂ ਮਸ ਜਿਹੜੀ ਆ ਹੁੰਦੀ ਨਜ਼ਰ ਨਹੀਂ ਆ ਰਹੀ, ਬੜਾ ਲੰਮਾ ਸਮਾਂ ਹੋ ਗਿਆ ਸਾਡੇ ਕਿਸਾਨ ਵੀਰਾਂ ਬੀਬੀਆਂ ਨੂੰ ਭੈਣਾਂ ਨੂੰ ਉੱਥੇ ਬੈਠਿਆਂ ਨੂੰ ਬਾਰਡਰਾਂ ਦੇ ਉੱਤੇ, ਇਹ ਜਿਹੜੇ ਕਾਲੀ ਕਾਨੂੰਨ ਨੇ ਕੀ ਲੱਗਦਾ ਕਿ ਰੱਦ ਹੋਣਗੇ, ਕਿਸਾਨ ਆਪਣੇ ਘਰਾਂ ਨੂੰ ਸੁੱਖ ਸਕੂਨ ਦੇ ਨਾਲ ਵਾਪਸ ਪਹੁੰਚਣਗੇ? ਪਹਿਲੀ ਗੱਲ ਤਾਂ ਜਦੋਂ ਆਪਾਂ ਕਹਿੰਦੇ ਜੀ ਟਸ ਤੋਂ ਮਸ ਨਹੀਂ ਹੋ ਰਹੀ, ਇਹ ਸਹੀ ਨਹੀਂ ਹੈ ਗੱਲ। ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਆ, ਸਰਕਾਰ ਲਗਾਤਾਰ ਹਾਰਦੀ ਰਹੀ ਆ, ਜਿਹੜਾ ਆਪਾਂ ਕਹਿ ਦਿੰਦੇ ਹਾਂ ਕੋਈ ਵੀ ਮੀਟਿੰਗ ਆ ਜਿਹੜੀ ਉਹ ਬੇਸਿੱਟਾ ਰਹੀ ਆ, ਬੇਸਿੱਟਾ ਨਹੀਂ ਰਹੀ, ਐਡਾ ਵੱਡਾ ਖਿਲਾਰਾ ਸੀ, ਐਡਾ ਵੱਡਾ ਪ੍ਰਵਚਨ ਸੀ, ਕਿਸਾਨ ਆਗੂਆਂ ਨੇ ਆਪਣੀ ਸੋਚ ਸਮੂਹਕ ਸਿਆਣਪ ਦੇ ਨਾਲ ਉਹ ਸਾਰੇ ਪ੍ਰਵਚਨ ਨੂੰ ਹਰਾਇਆ, ਇੱਕ ਮੁੱਦੇ ਤੇ ਕੇਂਦਰਿਤ ਕਰਤਾ ਜਿਹੜਾ ਉਹ ਸਾਰਾ ਸੀ, ਸਿੱਖਾਂ ਦਾ ਅੰਦੋਲਨ ਜੀ, ਅੱਤਵਾਦੀਆਂ ਦਾ ਅੰਦੋਲਨ ਜੀ, ਪੰਜਾਬ ਦਾ ਅੰਦੋਲਨ ਜੀ, ਵਿਦੇਸ਼ੀ ਫੰਡਿੰਗ ਜੀ, ਫਲਾਨਾ ਜੀ, ਸਾਰੇ ਕਾਸੇ ਨੂੰ ਹਰਾ ਕੇ ਇੱਕ ਜਿੱਤ ਦੇ ਥਾਂ ਤੇ ਸਰਕਾਰ ਦਾ ਹੱਥ ਹੇਠਾਂ ਕਿਸਾਨਾਂ ਦਾ ਹੱਥ ਉੱਤੇ ਆ, ਇੱਕੋ ਗੱਲ ਆ ਨਾ ਜੀ, ਕਿਉਂਕਿ ਫੈਸਲਾ ਕਰਨ ਦੀ ਸ਼ਕਤੀ ਆ ਜਿਹੜੀ ਉਹ ਸਿਆਸਤ ਕੋਲ ਆ, ਉੱਥੇ ਕੁੰਡੀ ਅੜੀ ਹੋਈ ਆ, ਤੇ ਇਹ ਵੀ ਹੱਲ ਹੋ ਜਾਣਾ, ਇਹ ਮੰਨ ਲਓ ਹੱਲ ਨਾ ਵੀ ਹੋਵੇ ਪਰ ਇਹ ਕਾਨੂੰਨ ਇਸ ਰੂਪ 'ਚ ਲਾਗੂ ਨਹੀਂ ਹੋਣਗੇ। ਜਦੋਂ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਆ, ਜਦੋਂ ਸਰਕਾਰ ਕਹਿ ਰਹੀ ਆ ਅਸੀਂ ਇੰਨਾ ਚਿਰ ਲਈ ਇਹਨਾਂ ਨੂੰ ਮੁਲਤਵੀ ਕਰ ਦਿੰਦੇ ਹਾਂ, ਡੈਫਰ ਕਰ ਦਿੰਦੇ ਹਾਂ, ਤੇ ਇਸ ਕਰਕੇ ਕਾਨੂੰਨਾਂ ਨੂੰ ਲਾਗੂ ਹੋਣ 'ਚ ਤੜਿੱਕਾ ਪੈ ਗਿਆ ਵੱਡਾ। ਪੰਜਾਬ ਦੇ ਵਿੱਚ ਆ ਕੇ ਕਿਹੜਾ ਜੀ, ਜਾਂ ਹਰਿਆਣੇ 'ਚ ਆ ਕੇ ਕਿਹੜਾ ਪ੍ਰਾਈਵੇਟ ਮੰਡੀਆਂ ਖੋਲ੍ਹ ਕੇ ਅਤੇ ਉਹ ਕਰ ਲੂ ਜੀ, ਮੈਨੂੰ ਇਹ ਦੱਸੋ, ਕਿਹੜਾ ਇੱਥੇ ਕਾਰਪੋਰੇਟ ਮਾਇਆਧਾਰੀ ਆ ਕੇ ਮਲਕ ਭਾਗੋ ਲੋਕਾਂ ਨੂੰ ਹੁਣ ਬੁੱਧੂ ਬਣਾ ਦੂ? ਲੋਕਾਂ ਦੀ ਚੇਤਨਾ ਵਿਕਸਿਤ ਹੋਈ ਆ, ਬਹੁਤ ਫਰਕ ਹੋਇਆ। ਸੋ ਇਸ ਕਰਕੇ ਫੈਸਲਾ ਹੋਣੀ ਹੋਣਾ, ਥੋੜਾ ਚੋਣਾਂ ਚੱਲ ਰਹੀਆਂ ਨੇ, ਫੈਸਲਾ ਜੀ ਉਹ ਅੰਦੋਲਨ ਦਾ ਇੱਕ ਤਰਫਾ ਮੰਗਾਂ ਮੰਨ ਕੇ ਐਲਾਨ ਕਰਕੇ ਅੰਦੋਲਨ ਨੂੰ ਖੜਾਉਣ ਵਾਲੇ ਰਾਹ ਪੈਣ, ਗੱਲ ਕਰਕੇ ਸਿੱਧੀ ਗੱਲ ਮੋਦੀ ਨਾਲ ਕਰਕੇ ਫੈਸਲਾ ਕਰਨ, ਕਿਸਾਨ ਆ ਜਿਹੜੇ ਉਹ ਕਿੰਨੀ ਕੁ ਫਲੈਕਸੀਬਿਲਟੀ ਦੇ ਸਕਦੇ ਆ, ਮਤਲਬ ਜਿਹਦੇ ਕਰਕੇ
ਇਹ ਨਹੀਂ ਵੀ ਇਕੱਲੀ ਪਰਚੀ ਤੇ ਲਿਖ ਕੇ ਦਿਓ, ਚਿੱਠੀ ਲਿਖ ਕੇ ਦਿਓ, ਪ੍ਰੈਕਟੀਕਲੀ ਕੀ ਹੋ ਸਕਦਾ। ਇੰਨੀਆਂ ਜਿਹੀਆਂ ਸੰਭਾਵਨਾਵਾਂ ਪਈਆਂ ਨੇ, ਗੱਲਬਾਤ ਹੋਣੀ ਓ ਹੋਣੀ ਹੈ ਜੀ ਸਰਕਾਰ ਨਾਲੇ, ਸੱਸ ਤੋਂ ਮੱਸ ਵਾਲੀ ਸਰਕਾਰ ਦੇ ਵਿੱਚ ਵੀ ਏਡਾ ਵੱਡਾ ਵਿਰੋਧ ਉੱਠਿਆ ਹੋਇਆ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਮਲਵਿੰਦਰ ਸਿੰਘ ਵਾਲੀ ਜੀ, ਤੁਹਾਡੇ ਜਿਹੜੇ ਵਿਚਾਰ ਨੇ ਉਹ ਤਮਾਮ ਸਾਡੇ ਸੁਣਨ ਵਾਲਿਆਂ ਨੇ ਸੁਣੇ ਨੇ। ਤੇ ਹੁਣ ਇਸ ਵਕਤ ਜਿਹੜਾ ਇਹ ਕਿਸਾਨ ਮੋਰਚਾ ਚੱਲ ਰਿਹਾ ਹੈ, ਜਿਵੇਂ ਪਹਿਲਾਂ ਕਿਹਾ ਜਾਂਦਾ ਹੁੰਦਾ ਸੀਗਾ ਕਿ ਵੱਧ ਤੋਂ ਵੱਧ ਲੋਕ ਪਹੁੰਚੋ ਉੱਥੇ, ਇਕੱਠ ਕਰੋ, ਤੇ ਕੀ ਹੁਣ ਵੀ ਲੱਗਦਾ ਕਿ ਉਹੀ ਵਿਚਾਰਧਾਰਾ ਜੇ ਉਸ ਤਰ੍ਹਾਂ ਦੇ ਨਾਅਰੇ ਜਿਹੜੇ ਨੇ ਉਹ ਲੱਗ ਰਹੇ ਨੇ ਪਹੁੰਚਣ ਦੇ ਲਈ? ਦੇਖੋ ਜੀ, 26 ਤੋਂ ਬਾਅਦ ਮੋਰਚੇ ਦੇ ਝਟਕਾ ਬਹੁਤ ਲੱਗਿਆ, ਪਰ ਇਕੱਠ ਪਹਿਲਾਂ ਨਾਲੋਂ ਵਧਿਆ। ਇੱਕ ਉਦੋਂ ਮੋਰਚਾ ਚੜ੍ਹਾਈ ਦੇ ਪੈਂਤੜੇ ਸੀ, ਜਦੋਂ ਇਹ ਸੀ ਕਿ ਆਪਾਂ ਵੱਧ ਤੋਂ ਵੱਧ ਇਕੱਠੇ ਹੋ ਕੇ ਫੈਸਲਾ ਕੋਈ ਲੜਾਈ ਵਾਲੇ ਪਾਸੇ ਗੱਲ, ਜਦੋਂ ਇੱਕ ਗੱਲ ਸਾਫ਼ ਆ ਗਈ ਵੀ ਇਹ ਮੋਰਚਾ ਵੱਡਾ ਚੱਲਣਾ, ਹੁਣ ਦਿਨਾਂ ਤੇ ਇਕੱਠ ਹੁੰਦਾ ਜੀ। 26 ਤੋਂ ਬਾਅਦ ਤੁਸੀਂ ਦੇਖੋ ਔਰਤ ਦਿਵਸ ਮਨਾਇਆ, ਕਿੰਨੇ ਹਜ਼ਾਰਾਂ ਲੱਖਾਂ ਔਰਤਾਂ ਨੇ ਜਿਹੜੀਆਂ ਮੋਰਚਾ 'ਤੇ ਪਹੁੰਚੀਆਂ। ਫਿਰ ਭਗਤ ਸਿੰਘ ਦਾ ਦਿਵਸ ਮਨਾਇਆ, ਕਿੱਡੀ ਵੱਡੀ ਪੱਧਰ 'ਤੇ ਨੌਜਵਾਨ ਨੇ ਜਿਹੜੇ ਉੱਥੇ ਪਹੁੰਚੇ। ਸੋ ਇਸ ਕਰਕੇ ਹੁਣ ਤਾਂ ਇਹੀ ਹੋ ਵੀ ਜਿਹੜੀ ਤਰੀਕ ਨੂੰ ਇਹ ਕਹਿਣਗੇ ਕੂਚ ਕਰਨਾ ਦਿੱਲੀ ਵੱਲ, ਉਹਨਾਂ ਦਿਨਾਂ 'ਚ ਇਕੱਠ ਹੋ, ਲਗਾਤਾਰ ਉੱਥੇ ਇਕੱਠ ਵਧਾਉਂਦੇ ਰਹਿਣਾ, ਇਹ ਮੈਨੂੰ ਲੱਗਦਾ ਹੁਣ ਉਹਦਾ ਰੂਪ ਨਹੀਂ ਰਿਹਾ। ਹੁਣ ਤਾਂ ਉਹ ਆਪੇ ਕਹਿੰਦੇ ਨੇ, ਪਿੰਡਾਂ ਨੇ ਫੈਸਲੇ ਕਰ ਲਏ ਵੀ 15 ਬੰਦੇ ਜਾਓ, 15 ਨੇ ਲਾ ਕੇ ਆਓ, ਉਦੋਂ ਬਾਅਦ 15 ਮੁੜੇ ਆਉਣਗੇ, 15 ਹੋਰ ਚਲੇ ਜਾਣਗੇ। ਇਹ ਹਾਂ, ਸੱਦਿਆ ਤੇ ਇਕੱਠ ਹੋਊ, ਇਹ 'ਚ ਸ਼ਮੂਲੀਅਤ ਵਧੂ ਤੇ ਵਧਾਉਣੀ ਓ ਪੈਣੀ ਆ। ਜਿਵੇਂ ਆਪਣੇ ਕਿਸਾਨ ਆਗੂ ਨੇ ਕਰੋੜਦਾ ਸਿੰਘ ਆ, ਉਹਨੇ ਕਿਹਾ ਸੀ 3 ਸੰਭਾਵਨਾਵਾਂ ਨੇ ਕਹਿੰਦੇ ਹੁਣ। ਨੰਬਰ ਤਾਂ ਇੱਕ, ਭਾਈ ਕੋਈ ਵਿਚੋਲੇ ਪੈ ਜਾਣ ਚੰਗੇ, ਉਹ ਗੱਲਬਾਤ ਹੱਲ ਕਰਾ ਦੇਣ। ਦੂਜਾ ਰਾਹ ਇਹ ਅਸੀਂ ਡਾਂਗੋ ਡਾਂਗੀ ਹੋ ਜਾਈਏ। ਤੀਜਾ ਰਾਹ ਇਹ ਆ ਵੀ ਅਸੀਂ ਨਾ ਮਿਲਵਰਤਨ ਲਹਿਰ ਚਲਾ ਦਈਏ, ਜਿਵੇਂ ਪੰਜਾਬ ਦੇ ਵਿੱਚ ਕਾਰਪੋਰੇਟਾਂ ਦਾ ਕੁਛ ਘਰਾਓ ਕੀਤਾ ਹੋਇਆ। ਇਹ ਆ, ਇਹ ਹੁਣ ਮੁਲਕ ਦੇ ਵਿੱਚ ਵੀ ਇਹ ਹੋ ਸਕਦਾ ਵੀ ਇਸ ਪਾਸੇ ਨੂੰ ਵੀ ਇਹ ਅੰਦੋਲਨ ਤੁਰ ਸਕਦਾ, ਇਹਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ। ਸੋ ਮੇਰੀ ਤਾਂ ਬੇਨਤੀ ਇਹ ਆ, ਖਾਸ ਕਰਕੇ ਸਿੱਖਾਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ, ਉਹ ਭਰਿਓ ਮਾਨਸੋ, ਤੁਹਾਡੀ ਸਾਰੀ ਦੁਨੀਆਂ 'ਚ ਬੱਲੇ ਬੱਲੇ ਹੋ ਰਹੀ ਆ। ਅੱਜ ਜੇ ਬੰਗਾਲ ਵਾਲੇ ਕਿਸੇ ਪੰਚਾਇਤ ਕਰਦੇ ਨੇ, ਮਹਾਰਾਸ਼ਟਰ 'ਚ ਪੰਚਾਇਤ ਕਰਦੇ ਨੇ, ਉਹ ਕਹਿੰਦੇ ਨੇ ਇੱਕ ਪਗੜੀ ਵਾਲਾ ਨੇਤਾ ਜ਼ਰੂਰ ਚਾਹੀਏ ਜੀ ਹਮੇ। ਇੱਕ ਸਿੱਖ ਪ੍ਰਵਚਨ ਉੱਭਰ ਰਿਹਾ, ਦੁਨੀਆਂ 'ਚ ਬੱਲੇ ਬੱਲੇ ਹੋ ਰਹੀ ਆ, ਪਰ ਸਭ ਤੋਂ ਵੱਡਾ ਦਿਖਾਂਤ ਆ ਵੀ ਸਾਡੀ ਧਰਤੀ 'ਤੇ ਵੱਸਣ ਵਾਲੇ ਲੋਕ ਏ, ਸਭ ਤੋਂ ਵੱਡਾ ਵਿਰੋਧ ਇਹ ਅੰਦੋਲਨ ਦਾ ਕਰ ਰਹੇ ਨੇ, ਸਭ ਤੋਂ ਵੱਡਾ ਮਤਲਬ ਲੀਡਰਸ਼ਿਪ ਦੀ ਆਲੋਚਨਾ ਉਹ ਕਰ ਰਹੇ ਨੇ। ਮੈਂ ਤਾਂ ਕਹਿੰਦਾ ਇਹਨੂੰ ਮੁੜ ਵਿਚਾਰੋ, ਇਹਨੂੰ ਸੋਚੋ, ਤੇ ਸਾਰੀ ਭਾਈਚਾਰਕ ਏਕਤਾ, ਇਹ ਹੁਣ ਪੰਜਾਬ ਦੇ ਵਿੱਚ ਹਿੰਦੂ ਸਿੱਖ ਨੂੰ ਪਾੜਾ ਪਾਉਣ ਦਾ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ। ਮਤਲਬ ਤੁਸੀਂ ਦੇਖੋ, ਭਾਜਪਾ ਨੇ ਜਿਹੜਾ ਇੱਕ ਨਾਰੰਗ ਤੇ ਹਮਲਾ ਹੋਇਆ, ਉਹਨੂੰ ਹਿੰਦੂਆਂ ਤੇ ਹਮਲਾ ਕਰਾਰ ਦੇਤਾ। ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿਤਾ ਸਿੱਖਾਂ ਦੀ ਹੋਂਦ ਨੂੰ ਖਤਰਾ। ਹੁਣ ਇੱਕ ਤਾਜ਼ਾ ਬਿਆਨ ਦਿੱਤਾ ਅਕਾਲ ਤਖ਼ਤ ਦੇ ਜਥੇਦਾਰ ਨੇ, ਕਹਿੰਦੇ ਸਾਨੂੰ ਮਾਰੇ ਹੀ ਕਮਿਊਨਿਸਟਾਂ ਨੇ ਆ, ਨਕਸਲ ਵਾਲੀ ਲਹਿਰ ਚੱਲੀ ਸੀ ਉਹ ਫੇਲ ਹੋ ਗਈ, ਨਕਸਲੀਏ ਵੜ ਗਏ ਸਾਡੀਆਂ ਸਿੱਖ ਸੰਸਥਾਵਾਂ 'ਚ, ਉਹਨਾਂ ਨੇ ਸਾਡਾ ਬੇੜਾ ਬਿਠਾਤਾ। ਉਹ ਭਲਿਓ ਮਾਨਸੋ, ਤੁਸੀਂ ਇਹ ਸੋਚੋ ਵੀ ਤੁਸੀਂ ਗੁਰੂ ਦੇ ਆਸ਼ੇ ਤੋਂ ਕਿੰਨਾ ਭਟਕ ਗਏ, ਤੁਹਾਡੇ 'ਚ ਬ੍ਰਾਹਮਣਵਾਦੀ ਸੋਚ ਵਿਪਰ ਸੰਸਕਾਰ ਕਿੰਨੇ ਦਾਖਲ ਹੋ ਗਏ, ਤੁਸੀਂ ਉਹਨੂੰ ਸੋਚੋ, ਉਹ ਤੋਂ ਖਹਿੜਾ ਛਡਾਓ, ਤਾਂ ਕਿ ਸਿੱਖੀ ਦਾ ਅਸਲ ਜਜ਼ਬਾ ਜਿਹੜਾ ਕਿਸਾਨ ਅੰਦੋਲਨ ਨੇ ਉਭਾਰਿਆ ਉਹਦੇ ਨਾਲ ਸੁਰਮੇਲ ਕਰੋ। ਸੋ ਇਹਨਾਂ ਗੱਲਾਂ ਤੋਂ ਸਾਨੂੰ ਬਚਣ ਦੀ ਲੋੜ ਆ, ਭੜਕਣ ਦੀ ਲੋੜ ਨਹੀਂ, ਕੋਈ ਕਿਸੇ ਦੇ ਖਿਲਾਫ਼ ਲੜਾਈ ਨਹੀਂ ਇਹ। ਇਹ ਮਤਲਬ ਜੋ ਗੁਰੂ ਨਾਨਕ ਨਾਮ ਲੇਵਾ ਨੇ, ਜਦੋਂ ਅਸੀਂ ਕਹਿੰਦੇ ਹਾਂ ਬਾਬੇ ਨਾਨਕ ਦਾ ਸੰਦੇਸ਼ ਬ੍ਰਹਿਮੰਡੀ ਸੰਦੇਸ਼ ਆ, ਅੱਜ ਇਹ ਸੰਕਟ 'ਚ ਫਸੀ ਹੋਈ ਦੁਨੀਆਂ ਨੂੰ ਇੱਕ ਰਾਹ ਦਿਖਾ ਰਿਹਾ, ਉਹਦਾ ਠੋਸ ਰੂਪ ਕਿਸਾਨ ਅੰਦੋਲਨ ਆ ਜੀ, ਵੱਡੇ ਰੂਪ ਵੀ ਹੋਣਗੇ। ਸਾਨੂੰ ਇੱਧਰਲੇ ਪਾਸੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਏਕਤਾ ਜਿਹੜੀ ਉਹਨੂੰ ਮਜ਼ਬੂਤ ਕਰਨੀ ਚਾਹੀਦੀ ਆ, ਕਿਰਤੀ ਲੋਕਾਂ ਦੀ ਏਕਤਾ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਅਸਲ ਸਿਧਾਂਤ ਲਾਗੂ ਹੋ ਰਿਹਾ। ਨਾਮ ਜਪ ਰਹੇ ਨੇ, ਬਾਬੇ ਨਾਨਕ ਦਾ ਸੰਦੇਸ਼ ਫੈਲਾ ਰਹੇ ਨੇ, ਕਿਰਤੀ ਲੋਕ ਨੇ, ਲੰਗਰ ਚੱਲ ਰਹੇ ਨੇ, ਪਿੰਡਾਂ 'ਚੋਂ ਰਾਸ਼ਨ ਲੈ ਕੇ ਜਾ ਰਹੇ ਨੇ, ਆਪ ਬਣਾ ਰਹੇ ਨੇ, ਖਾ ਰਹੇ ਨੇ। ਜੀ, ਇਸ ਕਰਕੇ ਇੱਧਰਲੇ ਪਾਸੇ ਧਿਆਨ ਦੇਣ ਦੀ ਲੋੜ ਆ ਸਾਰਿਆਂ ਨੂੰ। ਬਿਲਕੁਲ ਬਿਲਕੁਲ। ਸੋ ਇੱਕ ਪਾਸੇ ਬਿਲਕੁਲ ਭਾਰਤੀ ਸਰਕਾਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕੇ ਕਾਰਪੋਰੇਟ ਕਰਾਣੇ ਨੂੰ ਦੇਣਾ ਚਾਹੁੰਦੀ ਹੈ, ਤੇ ਉੱਥੇ ਕਿਸਾਨ ਬੀਬੀਆਂ ਵੀਰ ਆਪਣੇ ਜਿਹੜੇ ਮਤਭੇਦ ਛੱਡ ਕੇ ਉਹ ਦਿੱਲੀ ਬਾਰਡਰਾਂ ਤੇ ਬੈਠੇ ਹੋਏ ਨੇ। ਤੇ ਤੁਸੀਂ ਵੀ ਜਿਵੇਂ ਕਿਹਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਗੁਰੂ ਨਾਨਕ ਦੇਵ ਜੀ ਦਾ ਇਹ ਹੋਕਾ ਜਿਹੜਾ ਹੈ ਉਹ ਅਸਲ ਦੇ ਵਿੱਚ ਵੇਖਿਆ ਜਾ ਰਿਹਾ, ਔਰ ਉਮੀਦ ਕਰਦੇ ਹਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਚੰਗਾ ਹੋਵੇਗਾ। ਤੇ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਆਪਣਾ ਕੀਮਤੀ ਸਮਾਂ ਰੇਡੀਓ ਮਿਰਚੀ ਨੂੰ ਦਿੱਤਾ ਤੁਸੀਂ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਕਿੰਨੇ ਦੁਨੀਆਂ 'ਚ ਬੈਠੇ ਲੋਕਾਂ ਨਾਲ ਮੇਰੇ ਵਿਚਾਰਾਂ ਦੀ ਸਾਂਝ ਪਵਾਈ ਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ।